ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਮੇਰੇ ਵੀਰ ਸਾਡੇ ਚੈਨਲ ਨਾਲ ਜੁੜੇ ਹੈ ਉਹਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਭੁਪਿੰਦਰ ਹੇਅਰ ਚੱਕੜੇ ਵਾਲੇ ਵੱਲੋਂ ਅੱਜ ਨਵਾਂ ਸਾਲ 2019 ਦੇ ਵਿੱਚ ਦੁਬਾਰਾ ਤੋਂ ਫਿਰ ਆਪਾਂ ਜੋ ਕਿ ਆਪਣਾ ਪ੍ਰੋਗਰਾਮ ਸ਼ੌਕ ਕਬੂਤਰਬਾਜ਼ੀ ਦਾ ਲੈ ਕੇ ਹਾਜ਼ਰ ਹਾਂ ਜੀ, ਜੋ ਕਿ ਆਪਾਂ ਪ੍ਰੋਗਰਾਮ 2018 ਦੇ ਵਿੱਚ ਇਸੇ ਜਨਵਰੀ ਦੇ ਵਿੱਚ ਸਟਾਰਟ ਕੀਤਾ ਸੀ, ਅੱਜ ਦੀ ਡੇਟ ਦੇ ਵਿੱਚ ਚਾਲੂ ਕੀਤਾ ਸੀ, ਜੋ ਬਾਈ ਜੀ ਪ੍ਰੀਤ ਸਿੱਧੂ ਕਾਕਾ ਕੈਨੇਡਾ ਜੀ ਦੇ ਵੱਲੋਂ ਸਪੋਂਸਰ ਕੀਤਾ ਗਿਆ ਸੀ। ਉਸ ਤੋਂ ਬਾਅਦ ਹੋਰ ਵੀ ਵੀਰਾਂ ਨੇ ਬੜਾ ਸਾਡਾ ਸਹਿਯੋਗ ਦਿੱਤਾ, ਜਿਵੇਂ ਕਿ ਅੱਜ ਅਸੀਂ ਪਹੁੰਚੇ ਹਾਂ ਅੰਬਾਲਾ ਸਿਟੀ, ਉਹਦੇ ਨਾਲ ਹੀ ਪਿੰਡ ਗਣੇਸ਼ਪੁਰ, ਜੋ ਕਿ ਬਾਈ ਜੀ ਰਾਜ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੀ ਪੂਰੀ ਹਿਸਟਰੀ ਤੁਹਾਨੂੰ ਸੁਣਾਵਾਂਗੇ ਕਿ ਬਹੁਤ ਹੀ ਇੱਕ ਛੋਟੇ ਜਿਹੇ ਜ਼ਿਮੀਂਦਾਰ ਤੋਂ ਉੱਠ ਕੇ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਆਪਦਾ ਬਿਜ਼ਨਸ ਖੜ੍ਹਾ ਕੀਤਾ, ਅਤੇ ਉਸ ਦੇ ਨਾਲ ਨਾਲ ਹੀ ਇੱਕ ਸ਼ੌਕ ਜੋ ਕਿ ਆਪਣਾ ਕਬੂਤਰਬਾਜ਼ੀ ਦਾ ਸ਼ੌਕ ਹੈ, ਉਹਦੇ 'ਚ ਹੋਰ ਵੀ ਚਾਰ ਚੰਦ ਲਾਏ। ਸੋ ਆਓ ਤੁਹਾਨੂੰ ਆਪਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਥੋੜ੍ਹੇ ਜਿਹੇ ਖੁੱਡਿਆਂ ਦੀ ਝਲਕ ਮਰਾਉਂਦੇ ਹਾਂ। ਲਓ ਜੀ ਸਾਡੇ ਕੈਮਰਾਮੈਨ, ਹਾਂਜੀ ਸਾਡੇ ਕੈਮਰਾਮੈਨ ਨੂੰ ਕਹਾਂਗੇ ਕਿ ਥੋੜ੍ਹੀ ਜਿਹੀ ਝਲਕ ਜਿਹੜੀ ਉਹਨਾਂ ਦੇ ਜੋ ਬੜੇ ਸ਼ੌਕ ਦੇ ਨਾਲ ਪਿਜ਼ਨ ਵਾਸਤੇ ਜੋ ਉਹਨਾਂ ਨੇ ਖੁੱਡੇ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਹਾਂ, ਉਹਨਾਂ 'ਤੇ ਰਾਜ ਆਸਟ੍ਰੇਲੀਆ ਪਿਜ਼ਨ ਕਲੱਬ ਗਣੇਸ਼ਪੁਰਾ 'ਤੇ ਪੂਰੀ ਝਲਕ ਵਿਖਾਈ ਜਾਵੇ। ਨਾਲ ਹੀ ਜੋ ਉਹਨਾਂ ਨੇ ਆਪਣੇ ਪੂਰਾ ਅਰੇਂਜਮੈਂਟ ਅੱਜ ਜੋ ਕਿ ਲੰਡੀ ਜੀਪ ਬਾਜੀ ਦੇ ਵਿੱਚ ਦੇਣੀ ਹੈ, ਆਪਦੇ ਪੱਲਿਓਂ ਰੋਟੀ ਦਾ ਕੋਈ ਪੈਸਾ ਨਹੀਂ, ਅੱਜ ਉਹਦੀਆਂ ਜਿਹੜੀਆਂ ਐਂਟਰੀਆਂ ਫੜੀਆਂ ਜਾਣੀਆਂ ਜੀ। ਆ ਪੂਰਾ ਉਹਨਾਂ ਨੇ ਅਰੇਂਜਮੈਂਟ ਇੱਥੇ ਕੀਤਾ ਹੋਇਆ, ਸੋ ਆਓ ਥੋੜ੍ਹੀ ਜਿਹੀ ਗੱਲਬਾਤ ਆਪਾਂ ਕਰਦੇ ਹਾਂ ਇੰਟਰੀਆਂ ਦੇ ਸਿਲਸਿਲੇ 'ਚ ਬਾਈ ਜੀ ਰਾਜ ਦੇ ਨਾਲ। ਥੋੜ੍ਹੀ ਜਿਹੀ ਆਪਾਂ ਇੰਟਰਵਿਊ ਕਰਾਉਂਦੇ ਹਾਂ ਤੁਹਾਡੇ ਨਾਲ ਬਾਈ ਜੀ ਰਾਜ ਆਸਟ੍ਰੇਲੀਆ ਨਾਲ। ਆਓ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਸਤਿ ਸ਼੍ਰੀ ਅਕਾਲ ਪੂਰੇ ਗਰੁੱਪ ਦਾ, ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਬੜਾ ਸ਼ੁਕਰ ਆ ਪਰਮਾਤਮਾ ਦਾ ਕਿ ਅੱਜ ਭੁਪਿੰਦਰ ਭਾਅ ਜੀ ਇੰਨੀ ਦੂਰੋਂ ਦੀ ਚੱਕੜਾ ਰੋਕ ਵਾਲੇ ਸਾਡੇ ਕੋਲ ਆਏ ਨੇ, ਔਰ ਫੁੱਲ ਟੀਮ ਦਾ ਬਹੁਤ ਜ਼ਿਆਦਾ ਸ਼ੁਕਰ ਕਰਦਾ ਜਿਹੜੇ ਜਿਨ੍ਹਾਂ ਨੇ ਸਾਨੂੰ ਇੰਨੇ ਆਪਣੇ ਕੀਮਤੀ ਟਾਈਮ 'ਚ ਥੋੜ੍ਹਾ ਟਾਈਮ ਸਾਨੂੰ ਨਹੀਂ ਦਿੱਤਾ। ਅਤੇ ਭਾਅ ਜੀ ਤੁਹਾਡਾ ਜੋ ਬਹੁਤ ਥੈਂਕ ਯੂ ਜੀ, ਬਹੁਤ ਜ਼ਿਆਦਾ। ਸਭ ਤੋਂ ਪਹਿਲਾਂ ਤਾਂ ਜਿਹੜੀ ਆਹ ਬਹੁਤ ਪਸੰਦ ਆਇਆ ਸਾਨੂੰ ਜੋ ਤੁਸੀਂ ਆਹ ਇੰਡੀਆ ਦਾ ਲੋਗੋ, ਆਹ ਦੇਖੋ ਜੀ ਆਹ ਆਪਣਾ ਬਲੱਡ ਆ ਜੀ, ਠੀਕ ਹੈ ਜੀ ਜੀ, ਆਹ ਆਪਣੀ ਇਨਕਮ ਆ ਜੀ, ਠੀਕ ਹੈ ਜੀ। ਹੁਣ ਆਪਾਂ ਦੋਵਾਂ ਨੂੰ ਦੇਖਣਾ ਜੀ ਕਿਹੜਾ ਸਾਨੂੰ ਜ਼ਿਆਦਾ ਦਿੱਤਾ, ਤੁਸੀਂ ਪੈਸੇ ਵੱਲ ਭੱਜਦੇ ਹੋ ਕਿ ਤੁਸੀਂ ਆਪਣੇ ਬਲੱਡ ਵੱਲ ਭੱਜਦੇ ਹੋ। ਅਤੇ ਆਪਾਂ ਇਸ ਟਾਈਮ ਪਿੱਛੇ ਖੜ੍ਹੇ ਹਾਂ ਜੀ, ਜਾਣਾ ਤਾਂ ਅਸੀਂ ਇੱਧਰ ਹੀ ਆ, ਪਰ ਬਸ ਹੁਣ ਸੋਚਿਆ ਵੀ ਦੋਵਾਂ ਪਾਸੇ ਹੱਥ ਰੱਖ, ਦੋਨੇ ਹੀ ਆਪਣੇ। ਦੇਖੋ ਜੀ ਇੱਥੇ ਇਹਨਾਂ ਦੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਅਤੇ ਸ਼ੌਕ ਸਹੀ ਆ ਜੋ ਕਿ ਇੱਥੇ ਵੱਸਦਾ। ਇੱਥੇ ਇਹਨਾਂ ਨੇ ਜਿਹੜਾ ਲੋਗੋ ਇਹਨਾਂ ਨੇ ਬਣਾਇਆ ਆਸਟ੍ਰੇਲੀਆ ਦਾ, ਇੱਥੇ ਇਹਨਾਂ ਨੇ ਆਪਦੀ ਮਿਹਨਤ ਕੀਤੀ, ਮਿਹਨਤ ਦੇ ਨਾਲ ਆਪਦਾ ਇੱਕ ਅੰਪਾਇਰ ਉੱਥੇ ਖੜ੍ਹਾ ਕੀਤਾ, ਜੋ ਕਿ ਬਾਈ ਜੀ ਦੇ ਉੱਥੇ ਦੋ ਰੈਸਟੋਰੈਂਟ ਆਸਟ੍ਰੇਲੀਆ ਦੇ, ਅਤੇ ਉਹ ਕਿਹੜੀ ਕਿਹੜੀ ਜਗ੍ਹਾ ਰੈਸਟੋਰੈਂਟ ਆ ਥੋੜ੍ਹੀ ਜਿਹੀ ਉਹਦੇ ਬਾਰੇ ਵੀ ਜਾਣਕਾਰੀ। ਆਪਣੇ ਦੋ ਰੈਸਟੋਰੈਂਟ ਨੇ, ਦੋਨੇ ਮੈਮਰੀਜ਼ ਆਫ ਇੰਡੀਆ, ਇੰਡੀਆ ਦੀ ਯਾਦਾਂ ਦੇ ਉੱਤੇ ਰਹੇ ਹੈਗੇ ਨੇ। ਇੱਕ ਹੈਗਾ ਨੋਰਦਰਨ ਟੈਰੀਟਰੀ ਡਾਰਵਿਨ ਦੇ ਅੰਦਰ, ਡਾਰਵਿਨ ਵਾਲਾ ਸਾਰੇ ਜਾਣਦੇ ਨੇ। ਦੂਸਰਾ ਜੀ ਮੈਲਬੋਰਨ, ਜਿਹੜਾ ਬਹੁਤ ਜ਼ਿਆਦਾ ਫੇਮਸ, ਅੱਜ ਮੈਂ ਕਹਾਂਗਾ ਨੰਬਰ 1 ਲਿਵਿੰਗ ਪਲੇਸ ਹੈਗਾ ਪੂਰੇ ਵਰਲਡ ਦਾ ਮੈਲਬੋਰਨ, ਉੱਥੇ ਵੀ ਆਪਣਾ ਹੈਗਾ ਜੀ ਬਹੁਤ ਵੱਡਾ ਰੈਸਟੋਰੈਂਟ ਹੈਗਾ ਜੀ। ਮੈਲਬੋਰਨ ਵਾਲੇ ਜਿੰਨੇ ਵੀ ਆਪਾਂ ਨੂੰ ਦੇਖਣ ਉਹ ਸਾਰੇ ਜਾਣਦੇ ਹੀ ਨੇ, ਹੈ ਨਾ ਜੀ। ਬਾਕੀ ਉਹਨਾਂ 'ਚ ਮੈਂ ਦੋ ਤਿੰਨ ਬੰਦੇ, ਰਾਮ ਤਰੀਕੇ ਹੋ ਗਿਆ, ਅਮਰੀਕ ਹੋ ਗਿਆ, ਸਾਰਿਆਂ ਦੀ ਮੈਂ ਸਤਿ ਸ਼੍ਰੀ ਅਕਾਲ ਕਰਦਾ ਜੀ, ਜਿੰਨੇ ਵੀ ਆਪਣੇ ਗਰੁੱਪ ਵਾਲੇ ਹੈਗੇ ਨੇ ਉੱਧਰ ਵੀ। ਅਤੇ ਬਾਕੀ ਤਾਂ ਥੈਂਕਸ ਆਪਾਂ ਭੁਪਿੰਦਰ ਭਾਅ ਜੀ ਦਾ ਹੈ ਹੀ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਭਾਅ ਜੀ ਤੁਸੀਂ ਆਏ, ਔਰ ਕਿਆ ਸੁਨਹਿਰੀ ਮੌਕੇ 'ਤੇ ਆਏ। ਦੇਖੋ ਜੀ ਕਿੰਨੇ ਵਧੀਆ ਮੌਕੇ 'ਤੇ ਆਏ ਕਿ ਅੱਜ ਅਸੀਂ ਐਂਟਰੀਆਂ ਵੀ ਲੈਣੀਆਂ ਨੇ, ਇੱਥੇ ਹਰ ਖਿਡਾਰੀ ਨੇ ਵੀ ਆਉਣਾ, ਆਪਣੇ ਜਿਹੜੇ ਵਧੀਆ ਵਧੀਆ ਇੱਥੇ ਦੇ ਖਿਡਾਰੀ ਨੇ ਉਹਨਾਂ ਨੇ ਵੀ ਆਉਣਾ, ਅਤੇ ਸਾਰਿਆਂ ਨਾਲ ਰੂਬਰੂ ਬੰਦਾ ਇੱਕ ਹੀ ਦਿਨ 'ਚ ਹੋ ਜਾਂਦਾ ਜੀ। ਔਰ ਸਾਨੂੰ ਮਤਲਬ ਕਿ ਭਾਅ ਜੀ ਦੇ ਹੁਣ ਮੇਰੇ ਕੋਈ ਵਰਡ ਨਹੀਂ ਕਿਸ ਤਰੀਕੇ ਨਾਲ ਭਾਅ ਜੀ ਦਾ ਇਹਨਾਂ ਦਾ ਥੈਂਕ ਯੂ ਕੀਤਾ ਜਾਏ ਜੀ। ਅਤੇ ਪਲੈਨ ਇਹਨਾਂ ਦਾ ਮੇਰੇ ਕਿਹਾ ਤੁਹਾਡਾ ਦਿੱਲੀ ਦਾ ਸੀਗਾ ਜੀ, ਅਤੇ ਬਾਕੀ ਆਓ ਥੋੜ੍ਹੀ ਜਿਹੀ ਆਪਾਂ ਝਲਕ ਥੱਲੇ ਜਾ ਕੇ ਵੀ ਇਹਨਾਂ ਦੇ ਥੋੜ੍ਹੀ ਜਿਹੀ ਦਿਖਾਉਂਦੇ ਹਾਂ, ਜਿਹੜਾ ਇਹਨਾਂ ਨੇ ਅੱਜ ਅਰੇਂਜਮੈਂਟ ਕੀਤਾ, ਜੋ ਕਿ ਖਿਡਾਰੀ ਵੀਰ ਆਪਣੇ
ਪੰਜਾਬ ਤੋਂ ਹਰਿਆਣੇ ਤੋਂ ਦਿੱਲੀ ਤੋਂ ਇੱਧਰ ਹਿਮਾਚਲ ਲੱਗਦਾ ਨਾਲ ਇਹਨਾਂ ਤੋਂ ਉੱਥੋਂ ਖਿਡਾਰੀ ਪਹੁੰਚ ਰਹੇ ਹੈ ਔਰ ਉਹਨਾਂ ਦਾ ਅਰੇਂਜਮੈਂਟ ਤੁਹਾਡਾ ਫੁੱਲ ਦਿਖਾਉਂਦੇ ਸਰ। ਐਂਟਰੀਆਂ ਜੋ ਵੀਰ ਜੀ ਨੇ ਆਪਦੇ ਕੋਲੋਂ ਲੰਡੀ ਜੀਪ ਦੇਣੀ ਹੈ ਜੀ, ਅਤੇ ਐਂਟਰੀਆਂ ਸ਼ਾਇਦ ਮੈਨੂੰ ਲੱਗਦਾ ਜੋ ਫੀਸ ਰੱਖੀ ਗਈ ਹੈ ਐਂਟਰੀ ਦੀ 7500 ਰੁਪਈਆ, ਅਤੇ ਅੱਜ ਜੋ ਪੈਸੇ ਲਏ ਜਾਣਗੇ 3500 ਰੁਪਇਆ ਲੈ ਰਹੇ ਹੋ? 3500 ਦਿੱਤੇ ਜਾਣਗੇ ਜੀ, ਪਹਿਲਾਂ 4000 ਦਿੱਤੇ ਜਾਣਗੇ 1 ਜੂਨ ਨੂੰ ਜਿੱਦਣ ਬਾਜੀ ਹੈਗੀ ਆਪਣੀ ਜੀ, ਅਤੇ ਬਾਕੀ ਜਿਹੜੇ ਟਰਮ ਐਂਡ ਕੰਡੀਸ਼ਨਸ ਹੈਗੀਆਂ ਨੇ, ਸ਼ਰਤਾਂ ਹੈਗੀਆਂ ਨੇ, ਰੂਲਸ ਹੈਗੇ ਨੇ, ਉਹ ਜਿਹੜੇ ਆਮ ਪੰਜਾਬ ਦੇ ਰੂਲਸ ਹੈਗੇ ਨੇ ਸਾਰੇ ਉਹੀ ਨੇ ਜੀ, ਉਹੀ ਫੋਲੋ ਕੀਤੇ ਜਾਣਗੇ, ਪਿੰਡ ਦਾ ਕਬੂਤਰ ਨਹੀਂ ਛੱਡਿਆ ਜਾਏਗਾ ਜਾਂ ਜੋ ਵੀ ਹੈਗੇ ਨੇ, ਹੈ ਨਾ ਜੀ ਜੀ ਜੀ। ਆਓ ਥੋੜ੍ਹੀ ਜਿਹੀ ਗੱਲਬਾਤ ਇਹਨਾਂ ਦੇ ਆਪਣੇ ਉਸਤਾਦ ਜੀ ਵੀ ਆਏ ਹੈ, ਸਭ ਤੋਂ ਪਹਿਲਾਂ ਪਹੁੰਚੇ ਹੈ, ਸਭ ਤੋਂ ਪਹਿਲਾਂ ਤਾਂ ਆਪਾਂ ਉਹਨਾਂ ਨੂੰ ਜੀ ਆਇਆ ਕਹਿੰਦੇ ਵੀ ਤੁਸੀਂ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਜੀ ਜੀ, ਥੋੜ੍ਹਾ ਜਿਹਾ ਉੱਚੀ ਬੋਲਿਓ, ਕੀ ਨਾਮ ਹੈ ਜੀ ਆਪਣਾ? ਜਸਵੀਰ ਜੀ ਜੀ। ਜਸਵੀਰ ਸਿੰਘ, ਕੀ ਆਪਣਾ ਰਿਲੇਸ਼ਨ ਹੈ ਜੀ ਇਹਨਾਂ ਨਾਲ? ਤੁਸੀਂ ਦੱਸੇ ਸਾਡੇ ਉਸਤਾਦ ਜੀ ਹੈ। ਬਸ ਉਸਤਾਦ ਵੀ ਨੇ ਜੀ, ਸਾਡੇ ਵੱਡੇ ਭਰਾ ਵੀ ਨੇ ਜੀ, 22 ਸਾਲ ਹੋ ਗਏ ਮੈਨੂੰ ਇਹਨਾਂ ਦੇ ਕੋਲ ਜੀ, ਇਹਨਾਂ ਨੇ ਆਪਣੇ ਬਹੁਤ ਸਾਥ ਦਿੱਤਾ ਜੀ, ਜੇ ਕਿਸੇ ਕਬੂਤਰ ਮੰਗ ਲਿਆ ਜਾਂ ਕੋਈ ਹੈਗਾ ਜਾਂ ਕੋਈ ਵੀ ਹੈਗਾ ਜੀ, ਇਹੀ ਕਰਦੇ ਨੇ ਜੀ ਆਪਣੇ ਨਾਲ ਸ਼ੁਰੂ ਦਾ ਜੀ, ਅਤੇ ਕਦੇ 22 ਸਾਲਾਂ 'ਚ ਕਦੇ ਕੋਈ ਅਸੀਂ ਆਪਣੀ ਗੱਲ ਵੀ ਨਹੀਂ ਜੀ, ਕੋਈ ਮੰਗਦਾ ਕੋਈ ਫਰਕ ਨਹੀਂ ਆਇਆ ਜੀ, ਨਾ ਕਦੇ ਆਵਾਂ ਜੀ, ਅਤੇ ਹੁਣ ਛੋਟਾ ਵੀਰ ਵੀ ਹੈ ਜੀ, ਆਪਣੇ ਬੱਚੇ ਵੀ ਨਾ ਕੋ ਆ ਸਾਰੇ ਆਪਣੇ ਬੱਚੇ ਖੜੇ ਨੇ ਜੀ। ਕੀ ਨਾਮ ਹੈ ਆਪਣਾ ਜੀ? ਆਪਣਾ ਨਾਮ ਵੀ ਦੱਸੋ। ਰਵੀ ਮੁੰਡਾਣਾ ਜੀ। ਥੋੜਾ ਜਿਹਾ ਉੱਚੀ ਬੋਲ। ਰਵੀ ਮੁੰਡਾਣਾ। ਓਕੇ ਜੀ, ਓਕੇ ਓਕੇ। ਆਪਣਾ ਜੀ? ਟਿੰਕੂ ਦੁੱਬਲੀ ਜੀ। ਟਿੰਕੂ ਦੁੱਬਲੀ। ਆਪਾਂ ਜੀ? ਜਿੱਤਾ ਕੇਸ ਜੀ। ਜਿੱਤਾ ਕੇਸ ਜੀ। ਠੀਕ ਹੈ ਜੀ। ਆਪਾਂ ਵੀ ਐਂਟਰ ਕਰਵਾਇਆ ਇਸ ਬਾਜੀ 'ਚ ਕਬੂਤਰ। ਹਾਂਜੀ, ਆਪਣੇ ਸਾਰੇ ਐਂਟਰ ਕਰਵਾਏ ਹੋਏ ਆ ਜੀ। ਕਿੰਨੇ ਕਬੂਤਰ ਐਂਟਰ ਹੋ ਰਹੇ ਆ ਤੁਹਾਡੇ? ਆਪਣੇ ਗਰੁੱਪ ਗਏ ਆ ਜੀ 11 ਕਬੂਤਰ। 11 ਕਬੂਤਰ। ਹਾਂਜੀ ਠੀਕ ਹੈ ਜੀ। ਮਤਲਬ ਇੱਕ ਕ੍ਰਿਕਟ ਟੀਮ 11 ਪਲੇਅਰ ਹੁੰਦੇ ਆ, 11 ਕਬੂਤਰ ਛੱਡ ਰਹੇ ਆ ਇਹਨਾਂ ਦਾ ਵੀ ਗਰੁੱਪ। ਓਕੇ ਜੀ, ਮੁਬਾਰਕਾਂ ਤੁਹਾਨੂੰ, ਬਹੁਤ ਵਧੀਆ। 11 ਕਬੂਤਰ ਲਓ ਜੀ ਐਂਟਰ ਹੋ ਚੁੱਕੇ ਅੱਜ, ਅਤੇ ਹਲੇ ਵੀਰ ਮੈਨੂੰ ਲੱਗਦਾ ਵੀ ਸ਼ਾਇਦ 12 ਤੋਂ 2 ਦਾ ਟਾਈਮ ਦਿੱਤਾ ਜੀ। ਹਾਂਜੀ, 12 ਤੋਂ 2 ਦਾ ਇਹਨਾਂ ਨੇ ਟਾਈਮ ਦਿੱਤਾ। ਆਉਣਾ ਸ਼ੁਰੂ ਕਰ ਦੇਣਾ ਜੀ ਜੀ, ਅਤੇ ਬਾਕੀ ਦੇਖਦੇ ਹਾਂ ਜੀ ਤੁਹਾਡੇ ਸਾਹਮਣੇ ਜੀ। ਆ ਜਾਓ ਜੀ, ਆ ਜਾਓ, ਹੋਰ ਵੀ ਆ ਰਹੇ ਆ ਵੀਰ। ਹਾਂਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਅਤੇ ਸ਼ਾਇਦ ਹੋਰ ਵੀਰ ਵੀ ਆ ਗਿਆ ਜੀ, ਕੁਛ ਐਂਟਰੀਆਂ ਵਾਲੇ ਪਹੁੰਚਣੇ ਸਟਾਰਟ ਹੋ ਗਏ, ਕਰਦੇ ਉਹਨਾਂ ਨਾਲ ਵੀ ਆਪਾਂ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਕਿਹੜੀ ਜਗ੍ਹਾ ਤੋਂ ਆਏ ਜੀ? ਓਕੇ ਓਕੇ ਜੀ, ਓਕੇ ਜੀ, ਓਕੇ ਓਕੇ, ਬਹੁਤ ਵਧੀਆ ਜੀ, ਬਹੁਤ ਵਧੀਆ। ਕੀ ਹਾਲ ਹੈ ਜੀ? ਠੀਕ ਹੋ? ਓਕੇ ਜੀ, ਇਹ ਸ਼ੂਟ ਆਪਣਾ ਜਿਹੜਾ ਹੈਗਾ ਇਹ ਆਪਾਂ ਰੱਖਣਾ ਐਂਟਰੀ ਦਾ। ਹਾਂਜੀ, ਆ ਸ਼ਾਇਦ ਕੁਛ ਹੋਰ ਵੀਰ ਵੀ ਆਏ ਆ ਜੀ, ਆਓ ਮਿਲਦੇ ਹਾਂ ਉਹਨਾਂ ਦੇ ਨਾਲ। ਹਾਂਜੀ, ਕੀ ਹਾਲ ਹੈ ਜੀ? ਵਧੀਆ ਜੀ, ਸਾਰੇ ਵਧੀਆ ਜੀ। ਕੁਛ ਵੀਰ ਹੋਰ ਪਹੁੰਚੇ ਆ ਅੱਜ, ਜੋ ਐਂਟਰੀਆਂ ਦਾ ਕੰਮ ਚੱਲ ਰਿਹਾ, ਕਿਹੜੀ ਜਗ੍ਹਾ ਤੋਂ ਆਏ ਆ ਜੀ? ਹਰਿਆਣਾ ਤੋਂ ਆਏ ਜੀ, ਸੋਨੀਪਤ ਡਿਸਟ੍ਰਿਕਟ। ਸੋਨੀਪਤ ਤੋਂ? ਆਪਾਂ ਸਾਰੇ ਸੋਨੀਪਤ ਤੋਂ ਆਏ ਆ ਜੀ, ਅਤੇ ਆਪਾਂ ਇਹ ਯੂਪੀ ਤੋਂ। ਠੀਕ ਹੈ ਜੀ, ਇੱਧਰ ਕੁਛ ਵੀਰ ਅੱਗੇ ਆ ਜਾਓ ਜੀ, ਅੱਗੇ ਆ ਜਾਓ। ਅੱਜ ਜੋ ਬਾਜੀ ਦੀਆਂ ਐਂਟਰੀਆਂ ਹੋ ਰਹੀਆਂ ਜੀ, ਲੰਡੀ ਜੀਪ ਬਾਈ ਜੀ ਨੇ ਦੇਣੀ ਆ, ਇਹ ਵੀਰ ਐਂਟਰੀਆਂ ਦੇ ਵਾਸਤੇ ਆਏ। ਆਪਾਂ ਕਿਹੜੀ ਜਗ੍ਹਾ ਤੋਂ ਜੀ? ਉੱਚੀ ਬੋਲੋ, ਉੱਥੇ ਤੱਕ ਆਵਾਜ਼ ਪਹੁੰਚਾਉਣੀ। ਕਿੰਨੇ ਕਬੂਤਰ ਐਂਟਰ ਕਰਾਓਗੇ? ਤਿੰਨ। ਵਾਹ, ਮੈਨੂੰ ਲੱਗਦਾ ਵੀ ਅੱਜ ਬਾਈ ਜੀ ਕਬੂਤਰ ਤੁਹਾਡਾ 100 ਤੋਂ ਟੱਪੂਗਾ। ਆਪਾਂ ਜੀ ਤੁਹਾਡੇ ਸਾਹਮਣੇ ਹੈ ਜੀ। ਠੀਕ ਹੈ ਜੀ, ਆਪਾਂ ਤੁਹਾਨੂੰ ਮਿਲਣੇ ਸੀ। ਠੀਕ ਹੈ ਜੀ, ਇਹਨਾਂ ਨੂੰ ਆਪਾਂ ਮਿਲਣੇ ਸੀ, ਤੁਹਾਨੂੰ ਵੀ ਮਿਲਣੇ ਸੀਗੇ ਜੀ। ਠੀਕ ਹੈ ਜੀ, ਕਾਫੀ ਵੀਰ ਪਹੁੰਚ ਚੁੱਕੇ ਆ, ਕਾਫੀ ਵੀਰ ਆਉਣ ਵਾਲੇ ਆ। ਦੋ ਵੀਰ ਹੋਰ ਆਏ, ਕਿਹੜੀ ਜਗ੍ਹਾ ਤੋਂ? ਉੱਚੀ ਬੋਲਿਆ ਕਰੋ। ਗੋਰਾ ਕੈਂਟ। ਓਕੇ ਜੀ, ਓਕੇ ਓਕੇ। ਕਿੰਨੇ ਕਬੂਤਰ ਐਂਟਰ ਕਰਾਉਣੇ? ਚਾਰ। ਸਾਡੇ ਤਾਂ ਉੱਧਰ ਕੋਈ ਬਾਜੀ 'ਤੇ ਆਉਂਦਾ ਹੈ ਜੀ, ਕੋਈ ਇੱਕ ਐਂਟਰ ਕਰਾਉਂਦਾ, ਵੱਧ ਤੋਂ ਵੱਧ ਹੁੰਦੇ ਆ ਦੋ। ਚਾਰੇ ਕਰਦੇ? ਨਹੀਂ, ਅਲੱਗ 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 ਅਲੱਗ। ਹਾਂ ਠੀਕ ਹੈ, ਗਰੁੱਪ ਅਲੱਗ। ਆਪਣਾ ਨਾਮ ਜੀ? ਮਲਟੀ ਮਲਟੀ। ਕੋਈ ਗਰੁੱਪ ਆ ਆਪਣਾ?
ਭਾਈ ਪੱਲੂ ਮੌਲ, ਠੀਕ ਹੈ ਜੀ, ਸਾਡੇ ਏਰੀਏ ਦੇ ਆ, ਬਹੁਤ ਵਧੀਆ ਸਟਾਰ ਪਲੇਅਰ ਆ ਪੱਲੂ ਮੌਲ ਦੀ, ਜਾਂ ਉਹਨਾਂ ਦੇ ਘਰ ਤਾਂ ਮੈਂ ਨਹੀਂ ਗਿਆ ਪਰ ਖੁੱਡੇ ਸੁਣਿਆ ਉਹਨਾਂ ਦੇ ਵੀ ਬਹੁਤ ਵਧੀਆ ਬਣੇ ਹੋਏ ਆ, ਉਹਨਾਂ ਦੇ ਚੇਲੇ ਹੋ ਤੁਸੀਂ ਜਾਂ ਗਰੁੱਪ ਨਾਲ ਜੁੜੇ ਹੋ? ਤਾਂ ਉਹਨਾਂ ਦੇ ਚੇਲੇ ਦੇ ਚੇਲੇ, ਬਹੁਤ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਵੀ ਮਿਲ ਕੇ, ਬਹੁਤ ਵਧੀਆ ਪਲੇਅਰ ਆ ਜੀ ਪੱਲੂ ਮੌਲ ਜੀ, ਕਾਫੀ ਨਾਮ ਆ ਉਹਨਾਂ ਦਾ ਸਾਡੇ ਪੰਜਾਬ ਦੇ ਵਿੱਚ, ਬਠਿੰਡੇ ਦੇ ਵਿੱਚ, ਸੰਗਰੂਰ ਦੇ ਵਿੱਚ। ਤੁਸੀਂ ਚੇਲੇ ਉਹਨਾਂ ਦੇ? ਲਓ ਜੀ ਗੰਗਾ ਵਾਲੇ ਰਾਹੁਲ ਭਾਈ, ਰਾਹੁਲ ਗੰਗਾ ਨੂੰ ਵੀ ਆਪਣੀ ਸਤਿ ਸ਼੍ਰੀ ਅਕਾਲ ਜੀ। ਬਾਈ ਕੋਲੇ ਬਹੁਤ ਵਧੀਆ ਕਬੂਤਰ ਹੈ, ਆਪਣਾ ਭਰਾ ਵੀ ਆ, ਭਾਣਜਾ ਵੀ ਹੈ, ਦੋ ਡਬਲ ਰਿਸ਼ਤੇਦਾਰੀਆਂ ਉਹਦੇ ਨਾਲ, ਸਾਡਾ ਭਾਣਜਾ ਵੀ ਹੈ, ਸਾਡਾ ਭਰਾ ਵੀ ਹੈ, ਭਾਣਜਾ ਕਾਕਾ ਕੈਨੇਡਾ ਕਰਕੇ, ਕਾਕਾ ਕੈਨੇਡਾ ਆਪਣਾ ਵੀਰ ਹੈ, ਭਰਾ ਇਸ ਕਰਕੇ ਪਹਿਲਾਂ ਦੀ ਲਿਹਾਜ਼ ਹੈ। ਬਹੁਤ ਵਧੀਆ ਲੱਗਿਆ ਜੀ। ਕੀ ਨਾਮ ਸੀ ਆਪਣਾ? ਗੋਰਾ ਕੈਂਟ। ਗੋਰਾ ਕੈਂਟ, ਠੀਕ ਹੈ। ਓਕੇ ਆ ਜੀ, ਬੰਦ ਕਰ ਦਿਓ। ਭਾਈ ਜੀ ਜਿੰਨੇ ਵੀ ਆਏ ਨੇ ਸਾਰੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਰਿਕੁਐਸਟ ਆ, ਬਾਈ ਜੀ ਦਾ ਪੇਜ ਹੈਗਾ ਤੁਹਾਡੀ ਸਾਰਿਆਂ ਦੀ ਵੀਡੀਓ ਦੇ ਉੱਤੇ। ਹਾਂਜੀ, ਤੁਹਾਨੂੰ ਮਿਲਾਉਂਦੇ ਹਾਂ ਸਾਰਿਆਂ ਨਾਲ ਜੀ, ਜਿਹੜੇ ਬੰਦੇ ਆਪਣੇ ਇੱਥੇ ਐਂਟਰੀਆਂ ਕਰਾ ਲਏ ਹੋਏ ਨੇ ਜੀ, ਅਮਿਤ ਭੜੋ ਰਿੰਗ ਮਾਸਟਰ ਦੇ ਨਾਮ ਤੋਂ ਜਾਣਿਆ ਜਾਂਦਾ ਜੀ, ਰੋਟੀ ਨੀ ਖਾ ਕੇ ਉੱਚੀ ਬੋਲੋ ਫਿਰ। ਮੇਜਰ ਸਿੰਘ ਹੰਡੇਸਰ ਐਂਟਰ ਕਰਾਉਣਾ ਆਪਾਂ ਵੀ, ਠੀਕ ਹੈ ਜੀ। ਆਪਾਂ ਬਾਈ ਜੀ ਪਿੰਡ ਉਖਲ ਜੀ, ਪਿੰਡ ਨਾਮ ਅੰਮ੍ਰਿਤ, ਠੀਕ ਹੈ ਜੀ। ਆਪਣਾ ਜੀ ਗੁਰਪ੍ਰੀਤ ਸਿੰਘ, ਪਿੰਡ ਅਡੇਸਰ, ਗੁਰਪ੍ਰੀਤ ਸਿੰਘ, ਪੰਜੋਖਰਾ ਹੈਪੀ ਸਿੰਘ, ਗੱਲ ਨਹੀਂ ਪੰਜੋਖਰਾ ਹੈਪੀ ਸਿੰਘ, ਪੰਜੋਖਰਾ ਹੈਪੀ ਸਿੰਘ ਬੋਲੋ ਨਾ, ਹੈਪੀ ਸਿੰਘ ਭਗਵਾ ਸੂਟ ਪਾਇਆ, ਮੈਨੂੰ ਲੱਗਦਾ ਵੀ ਇਹ ਸਾਰਾ ਸੂਰਾਂ ਦੇ ਚੱਕਰ 'ਚ ਪੈ ਗਿਆ। ਸਾਰੇ ਡਰਦੇ ਆ ਬਾਈ, ਕੋਈ ਬੰਦਾ ਹੱਥ ਖੜਾ ਕਰ ਦੇ ਮੈਂ ਨਹੀਂ ਡਰਦਾ, ਗੁਰਜੀਤ ਸਿੰਘ, ਠੀਕ ਹੈ ਜੀ, ਬਹੁਤ ਖੁਸ਼ੀ ਹੋਈ। ਰਣਵੀਰ ਸਿੰਘ ਪੰਜੋਖਰਾ ਜੀ, ਜੀ ਜੀ ਜੀ, ਬਹੁਤ ਖੁਸ਼ੀ ਹੋਈ ਤੁਹਾਨੂੰ ਵੀ ਮਿਲ ਕੇ ਜੀ। ਹਰਜੀਤ ਸਿੰਘ ਪੰਜੋਖਰਾ, ਹਰਜੀਤ ਸਿੰਘ ਪੰਜੋਖਰਾ, ਇਹ ਹਰਿਆਣੇ 'ਚ? ਬਾਰਡਰ ਤੇ ਜੀ, ਗੁਰਪ੍ਰੀਤ ਸਿੰਘ ਪੰਜੋਖਰਾ। ਵਾਹ ਜੀ ਵਾਹ, ਵੇਖੋ ਸਾਡੇ ਸਿੰਘ ਸਾਹਿਬ ਦੱਸਦੇ ਆ ਨਾ ਆਵਾਜ਼ 'ਚ, ਬਹੁਤ ਖੁਸ਼ੀ ਹੋਈ। ਆਪਾਂ ਬਾਈ ਜੀ? ਮੈਂ ਵੀਰ ਮਨਜੀਤ ਸਿੰਘ ਪੰਜੋਖਰਾ ਜੀ, ਜੀ ਪਿੰਡ ਪੰਜੋਖਰੇ ਦੇ ਸਾਰੇ ਜਿਤਨੇ ਵੀ ਸਾਡੇ ਸਾਰੇ ਇਹਨਾਂ ਨੇ ਜੀ ਪਿਛਲੇ ਸਾਲ ਆਪਾਂ ਨੇ ਦੂਸਰ ਜਿੱਤੀ ਹੈ ਜੀ, ਜੈਂਟੀ ਜੂਨ ਦਾ ਆਇਆ ਸੀ ਜੀ, ਸਾਰੇ ਭਰਾ ਸੀ ਜੀ। ਹੋਰ ਕੁਛ ਜਿਹੜਾ ਬਾਈ ਜੀ, ਰਾਜ ਆਸਟ੍ਰੇਲੀਆ ਤੋਂ ਆਏ ਆ, ਰਾਜ ਵੀਰ ਅੱਛਾ, ਅਤੇ ਇਹਨਾਂ ਦੀ ਬਾਜੀ ਐਤਕੀ ਮੈਨੂੰ ਲੱਗਦਾ ਚੌਥਾ ਸਾਲ ਹੋ ਜੂਗਾ, ਅਤੇ ਕਿਵੇਂ ਲੱਗਦੀ ਇਹਨਾਂ ਦੀ ਜਿਹੜੀ ਬਾਜੀ ਆ? ਵਧੀਆ ਜੀ ਬਾਜੀ, ਬੜੀਆ ਕਰਾਉਂਦੇ ਜੀ, ਕਈ ਕਬੂਤਰਬਾਜੀ 'ਚ ਵਧੀਆ ਜੀ ਜੀ, ਅਤੇ ਰਾਜਵੀਰ ਸ਼ੁਰੂ ਤੋਂ ਹੀ ਕਬੂਤਰਬਾਜੀ ਅੱਛੀ ਕਰਾ ਰਹੇ ਜੀ ਜੀ, ਜਦ ਵੀ ਆਉਂਦੇ ਹੈ ਸਭ ਦਾ ਸਤਿਕਾਰ ਕਰਦੇ ਹੈ। ਮੈਂ ਵੀਰ ਨੂੰ ਕਾਫੀ ਚਿਰ ਤੋਂ ਜਾਣਦਾ ਜੀ, ਮਤਲਬ ਪੂਰਾ ਇਹਨਾਂ ਦੀ ਬਾਜੀ ਦੇ ਵਿੱਚ ਜਿਹੜਾ ਇਨਸਾਫ, ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਨਸਾਫ, ਇੱਕ ਨਵੀਂ ਚੀਜ਼ ਕਰਦੇ ਇਹ, ਰੋਟੀ ਦਾ ਪੈਸਾ ਨਹੀਂ ਕੱਟਦੇ, ਉਹ ਤੁਹਾਨੂੰ ਕਿਵੇਂ ਲੱਗ ਰਿਹਾ ਜਿਹੜਾ ਰੋਟੀ ਦਾ ਪੈਸਾ ਅੱਜ ਕੱਲ੍ਹ ਹਰ ਇੱਕ ਬੰਦਾ ਲੈ ਰਿਹਾ 200, ਪਹਿਲਾਂ 50 ਰੁਪਏ ਚਲਾਏ ਸੀ ਵੀ ਚਲੋ ਕੋਈ ਗਰੀਬ ਬੰਦਾ, ਆਪਾਂ 50 ਰੁਪਏ ਦਿੰਦੇ ਹਾਂ ਵੀ ਗਰੀਬ ਬੰਦੇ ਨੂੰ ਮਹਿਸੂਸ ਨਾ ਹੋਵੇ, ਪਰ ਅੱਜ ਕੱਲ੍ਹ ਬਿਜ਼ਨਸ ਜਿਹੜਾ ਬਣ ਗਿਆ 200 ਰੁਪਏ ਤੱਕ ਪਹੁੰਚ ਗਿਆ ਰੋਟੀ ਦਾ, ਇਹ ਕੋਈ ਪੈਸਾ ਨਹੀਂ ਕੱਟਦੇ, ਇਨਾਮ ਹੈ ਜਿਹੜੇ ਆਪਦੀ ਜੇਬ 'ਚੋਂ ਐਤਕੀ ਲੰਡੀ ਜੀਪ ਦੇ ਰਹੇ ਆ, ਉਹਦੇ ਬਾਰੇ ਵੀ ਦੋ ਲਾਈਨਾਂ ਤੁਸੀਂ ਜ਼ਰੂਰ ਕਹੋ ਇਹਨਾਂ ਦੇ ਬਾਰੇ।
ਵੀਰ ਅੱਛੀ ਉਹ ਕਰਦੇ ਨੇ ਨਾ ਜੀ, ਜਿਹੜੀ ਵੀ ਬਾਜੀ ਕਰਾਉਂਦੇ ਆ ਜੀ ਕੋਈ ਰੋਟੀ ਦਾ ਖਰਚਾ ਨਹੀਂ ਕੱਢਦੇ। ਬਾਈ ਮੀਤ ਬੈਠਾ ਹੈ ਭੜੂਕ ਵਾਲਾ, ਇਹ ਵੀ ਅੱਛੀ ਸਹਿਯੋਗ ਦਿੰਦੇ ਆ ਵੀਰ ਨੂੰ। ਬਾਈ ਜੀ ਅੱਗੇ ਤਾਂ ਅਸੀਂ ਜਿਸ ਨਵੇਂ ਨਵੇਂ ਹੁਣੇ ਕਬੂਤਰਬਾਜ਼ੀ 'ਚ ਬੜੇ, ਤੁਸੀਂ ਵੀ ਪੂਰਾ ਸਹਿਯੋਗ ਦਿੰਦੇ ਹੋ। ਹਾਂਜੀ ਬਹੁਤ ਵਧੀਆ ਗੱਲ ਹੈ ਜੀ। ਇੱਕ ਵੀਰ ਆਇਆ ਸੀ ਇੱਥੇ ਅਮਿਤ, ਅਮਿਤ ਜੀ ਹਾਂਜੀ, ਇੱਕ ਥੋੜ੍ਹਾ ਜਿਹਾ ਚਾਨਣਾ ਸਾਡੀ ਅੱਜ ਐਂਟਰੀਆਂ ਜਿਹੜੀਆਂ ਵੀਰ ਚੱਲ ਰਹੀਆਂ, ਪਰ ਬਾਈ ਆਇਆ ਇੱਕ ਅੰਬਾਲੇ ਤੋਂ ਅਮਿਤ, ਜੋ ਕਿ ਪਿਜ਼ਨ ਦੀਆਂ ਰਿੰਗ ਬਣਾਉਂਦੇ ਆ। ਬੁਲਾਉਂ ਰਿਹਾ ਤੁਹਾਨੂੰ ਅੱਜ ਮੌਕਾ, ਮੈਨੂੰ ਵੀ ਪਹਿਲੀ ਵਾਰੀ ਮਿਲਿਆ, ਮੈਨੂੰ ਜਾਣਦੇ ਨੂੰ ਕਰੀਬ 3 ਸਾਲ ਹੋ ਗਏ ਵੀਰ ਨੂੰ। ਤੁਹਾਡਾ ਪਿੰਜਰੇ ਵੀ ਬਣਾਉਂਦੇ ਆ ਜੀ, ਜਿਸ ਵੀਰ ਨੇ ਪਿੰਜਰੇ ਛੱਤਰੀਆਂ ਜਾਲ ਮਿਲੋ ਦਾ ਹੁਣ ਕਾਫੀ ਤੁਸੀਂ ਆਪਦਾ ਬਿਜ਼ਨਸ ਵੱਡਾ ਕਰ ਲਿਆ, ਅਤੇ ਬੋਲ ਕੇ ਆਪਦਾ ਨੰਬਰ ਜ਼ਰੂਰ ਦੱਸੋ ਵੀ ਜਿਸ ਵੀਰ ਨੇ ਪਿੰਜਰੇ ਛੱਤਰੀਆਂ ਲੈਣੀਆਂ ਹੁਣ, ਵੀਰ ਬਣਾਉਂਦਾ ਅੰਬਾਲਾ ਸ਼ਹਿਰ ਦੇ ਵਿੱਚ ਇਹਦੀ ਦੁਕਾਨ ਹੈ, ਜ਼ਰੂਰ ਆਪਦਾ ਐਡਰੈਸ ਅਤੇ ਨਾਮ ਜ਼ਰੂਰ ਦੱਸੋ। ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਵੀਰ ਦੇ ਭਰਾ ਆਪਣੇ ਵੀਡੀਓ ਦੇਖ ਰਹੇ ਨੇ ਜੀ, ਅਤੇ ਸਭ ਤੋਂ ਪਹਿਲਾਂ ਤਾਂ ਇਹ ਕਹਾਂਗੇ ਜੀ ਆਪਣੇ ਵੀਰ ਦਾ ਜੀ ਚੈਨਲ ਆ ਲਾਈਕ ਕਰੋ ਜੀ, ਅਤੇ ਬਾਈ ਨੂੰ ਪੂਰੀ ਸਪੋਰਟ ਕਰੋ ਜੀ, ਠੀਕ ਹੈ ਜੀ। ਅਤੇ ਜੀ ਬਾਕੀ ਆਪਣੇ ਰਾਜਵੀਰ ਜੀ ਆ ਜੀ, ਰਾਜ ਜੋ ਕਿ ਬਾਜੀ ਬਹੁਤ ਵਧੀਆ ਕਰਾ ਰਹੇ ਆ ਜੀ, ਅਤੇ ਜੀਪ ਦੇਣੀ ਆ ਜੀ ਇਹਨਾਂ ਨੇ, ਅਤੇ ਰੋਟੀ ਦਾ ਵੀ ਕੋਈ ਪੈਸਾ ਨਹੀਂ ਕੱਟਣਾ, ਅਤੇ ਬਾਜੀਆਂ ਹਰ ਸਾਲ ਵਧੀਆ ਹੀ ਕਰਾਉਂਦੇ ਨੇ ਜੀ ਸਾਰੇ ਜਿੰਨੇ ਬੰਦੇ ਆਪਣੇ ਜੀ। ਅਤੇ ਬਾਕੀ ਰਿੰਗ ਬਣਾਉਣ ਲਈ ਤਾਂ ਚਲੋ ਜੀ ਨੰਬਰ ਹੈਗਾ ਹੀ ਆ ਫੇਸਬੁੱਕ 'ਤੇ, ਫਿਰ ਵੀ ਮੈਂ ਦੱਸ ਦਿੰਦਾ ਇੱਕ ਵਾਰੀ ਜਿੰਨੇ ਵੀ ਵੀਰ ਆ, ਅਤੇ 9468089107 ਅਮਿਤ ਕੁਮਾਰ ਅੰਬਾਲੇ ਸੀ। ਅਤੇ ਬਾਕੀ ਜੀ ਸਾਰਿਆਂ ਨੂੰ ਪੂਰੀ ਸਪੋਰਟ ਕਰੋ ਬਾਈ ਜੀ ਨੂੰ, ਇਹਨਾਂ ਦੇ ਪੇਜ ਦੀ ਵੀ, ਅਤੇ ਬਾਕੀ ਇੱਥੇ ਅੱਜ ਬਹੁਤ ਦੂਰ ਤੋਂ ਪਹੁੰਚੇ ਹਾਂ ਜੀ ਇਹਨਾਂ ਦਾ, ਤੁਹਾਨੂੰ ਦਿਲ ਤੋਂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਧੰਨਵਾਦ ਹੈ ਜੀ, ਅਤੇ ਰਾਜ ਦਾ ਵੀ ਬਾਈ ਦਾ ਜੀ। ਅਮਿਤ ਜੀ ਨੇ ਗੱਲ ਛੇੜੀ ਹੈ ਜੀ ਪੇਜ ਦੀ, ਪੇਜ ਮੇਰਾ ਪਹਿਲਾਂ ਚੱਲਦਾ ਸੀ ਭੁਪਿੰਦਰ ਹੇਅਰ ਦੇ ਨਾਂ 'ਤੇ, ਜੋ ਕਿਸੇ ਆਪਣੇ ਹੀ ਕਿਸੇ ਵੀਰ ਨੇ ਛੇੜਛਾੜ ਕਰਕੇ ਹੈਕ ਜੋ ਪੇਜ ਨੂੰ ਕਰ ਲਿਆ ਸੀਗਾ, ਪਰ ਉਹ ਸਾਨੂੰ ਪਤਾ ਲੱਗ ਗਿਆ ਸੀ, ਪਰ ਉਹਦੇ 'ਚ ਇੱਕ ਛੋਟੀ ਜਿਹੀ ਪ੍ਰੋਬਲਮ ਆ ਗਈ ਪੇਜ ਦੇ ਵਿੱਚ ਜੋ ਭੁਪਿੰਦਰ ਹੇਅਰ ਦੇ ਨਾਂ 'ਤੇ ਚੱਲ ਰਿਹਾ। ਅਸੀਂ ਕੰਪਲੇਂਟ ਕੀਤੀ ਹੈ ਵੈਸੇ ਸਾਈਬਰ ਕ੍ਰਾਈਮ ਨੂੰ, ਕਿਉਂਕਿ ਸਾਨੂੰ ਐਡਮਿਨ ਤੋਂ ਹਟਾ ਗਿਆ ਉਹ ਵੀਰ, ਐਡਮਿਨ ਉਹ ਆਪ ਬਣ ਗਿਆ ਸੀ, ਮੈਂ ਇਕੱਲਾ ਐਡੀਟਰ ਰਹਿ ਗਿਆ। ਸੋ ਇਸ ਕਰਕੇ ਮੈਂ ਨਵਾਂ ਪੇਜ ਇੱਕ ਚਾਲੂ ਕੀਤਾ ਜੀ, ਕਬੂਤਰਬਾਜ਼ੀ ਚੱਕੜਾ ਗਰੁੱਪ, ਪੇਜ ਦਾ ਨਾਂ ਜੀ ਕਬੂਤਰਬਾਜ਼ੀ ਚੱਕੜਾ ਗਰੁੱਪ। ਪਲੀਜ਼ ਉਹਨੂੰ ਵੀ ਇੰਨਾ ਹੀ ਪਿਆਰ ਦਿਓਗੇ ਮੈਨੂੰ ਉਮੀਦ ਹੈ ਜਿੰਨਾ ਮੇਰੇ ਪਹਿਲਾਂ ਪੇਜ ਨੂੰ ਦਿੱਤਾ ਸੀ। ਸ਼ੇਅਰ ਅਤੇ ਲਾਈਕ ਜ਼ਰੂਰ ਕਰਿਓ ਜੀ ਪੇਜ ਨੂੰ, ਦੁਬਾਰਾ ਫਿਰ ਇੱਕ ਵਾਰੀ ਦੱਸਦਾ ਜੀ ਕਬੂਤਰਬਾਜ਼ੀ ਚੱਕੜਾ ਗਰੁੱਪ। ਸੋ ਧੰਨਵਾਦ ਜੀ, ਆਓ ਹੋਰ ਵੀਰਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜੀ। ਹਾਂਜੀ ਆਪਾਂ ਕਿੱਥੋਂ ਆਏ? ਇੱਕੋ ਹੀ ਟੀਮ ਸਾਰੀ ਆਪਾਂ, ਬਹੁਤ ਖੁਸ਼ੀ ਹੋਈ ਜੀ ਆਪਾਂ ਦੀ ਮੰਡੋਲੀ ਮੰਡੋਲੀ ਕਿਉਂਕਿ ਪੰਜਾਬੀ ਵੀਰਾਂ ਨੂੰ ਰੋਜ਼ ਮਿਲਦੇ ਆ ਪੰਜਾਬ ਦੇ, ਅੱਜ ਹਰਿਆਣੇ ਵਾਲਾ ਨੂੰ ਮਿਲਾਂ ਹੋਰ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ। ਆਪਣਾ ਨਾਮ ਕੀ ਹੈ ਜੀ? ਬਲਵੀਰ ਸਿੰਘ। ਬਲਵੀਰ ਸਿੰਘ ਨੇ ਔਰ ਆਪਾਂ ਜੀ ਉੱਚੀ ਬੋਲਿਆ ਕਰੋ, ਕਾਲੂ ਬਰਾੜਾ ਪੈਰੀ ਹੱਥ ਨਹੀਂ, ਆਪਾਂ ਬਹੁਤ ਛੋਟੇ ਹਾਂ, ਸਤਿਕਾਰ ਆ ਤੁਹਾਡਾ। ਇੱਕ ਬਜ਼ੁਰਗ ਖਿਡਾਰੀ ਆਇਆ ਜੀ, ਦੁਬਾਰਾ ਤੋਂ ਬੋਲੋ ਜੀ ਨਾ। ਸੁਰਿੰਦਰ ਬਰਨਾਲਾ। ਸੁਰਿੰਦਰ ਬਰਨਾਲਾ ਜਿਹੜਾ ਇੱਧਰ ਅੱਗੇ ਜਾ ਕੇ ਬੋਲੇ ਪੰਜਾਬ ਵਾਲਾ, ਅੰਬਾਲਾ ਸ਼ਹਿਰ ਦੇ ਕੋਲ, ਅੰਬਾਲਾ ਸ਼ਹਿਰ ਦੇ ਕੋਲ, ਆਪਾਂ ਵੀ ਸ਼ੌਕ ਨਾਲ ਖੁਸ਼ੀ ਹੋਈ ਜੀ ਤੁਹਾਨੂੰ ਵੀ ਵੇਖ ਪੁਰਾਣਾ ਸਭ ਤੋਂ ਪੁਰਾਣੇ ਸਮਾਈਲ ਸਭ ਤੋਂ ਪੁਰਾਣੇ ਸਭ ਤੋਂ ਕਬੂਤਰਬਾਜ਼ੀ 'ਚ ਰਹਿੰਦੀ ਹੈ ਸਮਾਈਲ ਜਾਂ ਵੈਸੇ ਵੀ ਰਹਿੰਦੀ ਹੈ। ਬਹੁਤ ਖੁਸ਼ੀ ਹੋਈ ਜੀ ਬਜ਼ੁਰਗਾਂ ਨੂੰ ਮਿਲ ਕੇ, ਪਰਮਾਤਮਾ ਤਰੱਕੀਆਂ ਦੇਵੇ ਜੀ ਤੁਹਾਨੂੰ। ਥੈਂਕ ਯੂ। ਅੱਗੇ ਕੁਛ ਲਿਖ ਰਹੇ ਜੀ ਇੱਧਰ ਮਾੜਾ ਜਿਹਾ ਚਾਨਣਾ ਪਾਓ, ਨੰਬਰ ਤਾਂ ਨਹੀਂ ਲਿਆ ਕਈ ਵਾਰ ਪਿੰਡ ਬਦਲਣਾ, ਜੋ ਕਿ ਕੋਈ ਮੌਤ ਐਂਟਰੀਆਂ ਚੱਲ ਰਹੀਆਂ ਜੀ। ਕਿੰਨੇ ਕਬੂਤਰ ਹੋ ਗਏ ਬਾਈ? ਹੁਣੀ ਤਾਂ 45 ਹੋ ਗਏ, 45 ਕਬੂਤਰ ਇਸ ਟਾਈਮ ਬਾਈ ਲਿਖੇ ਗਏ, 12:15 ਹੋਏ ਨੇ, 4 ਵਜੇ ਤੱਕ ਲਿਖਣੇ ਨੇ 45 ਕਬੂਤਰ ਲਿਖੇ ਗਏ ਨੇ, 60 ਕਮ ਸੇ ਕਮ 60 ਹੋ ਗਏ ਵੀਰ, ਜੋ ਕਿ ਬਾਈ ਜੀ 2 ਵਜੇ ਤੱਕ ਲਿਖੇ ਨੇ, ਬਸ ਹਲੇ ਤੇ 12:15 ਹੋਏ, 12:15 2 ਵਜੇ ਤੱਕ ਐਂਟਰੀਆਂ ਚਾਲੂ ਰਹਿਣਗੀਆਂ ਜੀ ਕਬੂਤਰ, ਉਹਦੇ ਚਾਹੇ 100 ਹੋ ਜਾਣ, ਚਾਹੇ 60 ਹੋਣ, ਚਾਹੇ 50 ਰਹਿ ਜਾਣ। ਸੋ ਬਹੁਤ ਵਧੀਆ ਜੀ, ਮੁਬਾਰਕਾਂ। ਅੱਛਾ ਜੀ ਮੈਂ ਇੱਕ ਮੈਸੇਜ ਹੈ ਜੀ ਮੇਰਾ, ਹਾਂਜੀ ਇੱਕ ਮੈਸੇਜ ਬਾਈ ਜੀ, ਹੈਲੋ, ਇੱਕ ਮੈਸੇਜ ਦੇਣਾ ਚਾਹੁੰਦੇ ਵੀਰ ਜੀ। ਹਾਂਜੀ ਬੋਲੋ।
ਬਾਈ ਜੀ ਮੈਸੇਜ ਹੈ ਸਾਰਿਆਂ ਨੂੰ ਇੱਕ ਮੇਰਾ, ਕਿਉਂਕਿ ਦੋ ਤਿੰਨ ਵਾਰੀ ਇੱਕ ਰੋਟੀ ਦਾ ਜ਼ਿਕਰ ਹੋਇਆ ਜੀ ਪਿੱਛੇ, ਨਾਲ ਹੀ ਹੁਣ ਬਾਈ ਹੋਰਾਂ ਨੇ ਕੀਤਾ। ਮੈਂ ਹੱਥ ਜੋੜ ਕੇ ਸਾਰੇ ਕਬੂਤਰ ਬਾਜ਼ਾਂ ਨੂੰ ਬੇਨਤੀ ਕਰਦਾ, ਬਿਜ਼ਨਸ ਨਾ ਬਣਾਓ ਇਹਨੂੰ ਰੋਟੀ ਦੇ ਪੈਸੇ ਕੱਟਣ ਵਾਸਤੇ। ਤੁਸੀਂ ਕੜੀ ਚੌਲ ਦੇ ਦਿਓ ਯਾਰ, 1,000 ਰੁਪਇਆ ਲੱਗਦਾ, ਕੜੀ ਚੌਲ ਹੀ ਖਿਲਾ ਦਿਓ ਲੋਕਾਂ ਨੂੰ, ਪਰ ਇਹ ਲੋਕਾਂ ਨੂੰ ਨਾ ਇਹ ਬਿਜ਼ਨਸ ਨਾ ਬਣਾਉਣ ਦਿਓ। 200 ਰੁਪਏ ਕੱਟ ਲਏ ਕਿਸੇ ਨੇ, 300 ਕੱਟ ਲਏ ਕਿਸੇ ਨੇ, 500 ਕੱਟ ਲਏ ਨਾ ਕਿਸੇ ਨੇ, 100 ਕੱਟ ਲਏ। ਜਿਹੜੇ ਬੰਦੇ ਨੇ ਵੀ ਕਲੱਬ ਬਣਾਉਣਾ ਹੈ ਜਾਂ ਐਂਟਰੀ ਕਰ ਮਤਲਬ ਕਿ ਮੈਚ ਕਰਵਾਉਣਾ ਹੈ ਨਾ, ਉਹ ਭਾਅ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ, ਕੜੀ ਚੌਲ ਕਰ ਦਿਓ, ਰੋਟੀ ਦਾ ਪੈਸਾ ਨਾ ਰੋਕੀ, ਕਿਉਂਕਿ ਜੇ ਅਸੀਂ ਆਪ ਨੂੰ ਅਸੀਂ ਆਪਣੇ ਆਪ ਨੂੰ ਚੇਂਜ ਨਹੀਂ ਨਾ ਕਰਨ ਲੱਗੇ, ਅਸੀਂ ਦੂਸਰੇ ਨੂੰ ਨਹੀਂ ਚੇਂਜ ਕਰ ਸਕਦੇ। ਤਾਂ ਹੀ ਇਹ ਜਿਹੜਾ ਰੈਗੂਲੇਸ਼ਨ ਹੈਗਾ ਸਾਰਿਆਂ ਤੋਂ ਪਹਿਲਾਂ ਜਿਹੜੇ ਚੇਂਜ ਹੈਗਾ ਮੈਂ ਆਪਣੇ 'ਚ ਲੈ ਕੇ ਆਇਆ, ਠੀਕ ਹੈ ਜੀ, ਉਹ ਮੈਂ ਤਾਂ ਆਪਣੇ 'ਚ ਲੈ ਕੇ ਆਇਆ ਕਿ ਮੈਂ ਚੇਂਜ ਹੋਵਾਂਗਾ, ਦੇਖੋ ਦੇਖੀ ਸਾਰੇ ਚੇਂਜ ਹੋਣਗੇ। ਅਤੇ ਮੈਂ ਸਾਰਿਆਂ ਨੂੰ ਇਹੀ ਕਹਾਂਗਾ, ਬਾਕੀ ਵੀ ਜਿੰਨੇ ਵੀ ਪੰਜਾਬ 'ਚ ਬਹੁਤ ਟੋਪ ਦੇ ਖਿਡਾਰੀ ਬੈਠੇ ਨੇ ਸਾਰੇ, ਇੱਕ ਤੋਂ ਵੱਧ ਕੇ ਇੱਕ ਟੋਪ ਦੇ ਕਲੱਬ ਨੇ ਸਾਰੇ ਦੇ ਸਾਰੇ, ਅਤੇ ਬਾਈ ਜੀ ਥੋੜ੍ਹੀ ਜੀ ਆਪਣੇ ਜੇਬੇ ਨੂੰ ਹਲਕੀ ਕਰੋ, ਅਤੇ ਸੇਵਾ ਆ ਜਿਵੇਂ ਗੁਰਦੁਆਰੇ 'ਚ ਲੰਗਰ ਲੱਗਦਾ ਨਾ, ਆਹ ਸਿਰਫ ਇੱਕ ਸੇਵਾ। ਔਰ 100 'ਚੋਂ 40 ਹੀ ਬੰਦੇ ਰੋਟੀ ਖਾਂਦੇ ਨੇ ਜੀ, 60 ਬੰਦੇ ਰੋਟੀ ਨਹੀਂ ਖਾਂਦੇ, ਇਹ ਗੱਲ ਦੀ ਵੀ ਗਰੰਟੀ ਆ, ਕਿਉਂਕਿ ਜਿਹੜਾ ਕਬੂਤਰਬਾਜ਼ ਆਦਮੀ ਨਾ ਉਹਨੂੰ ਆਪਣੇ ਕਬੂਤਰ ਨਾਲ ਲਗਾਵੇ ਜੀ, ਉਹ ਉਹਨੂੰ ਹੀ ਦੇਖਦਾ ਰਹੇਗਾ, ਉਹ ਰੋਟੀ ਰਾਟੀ ਉਹਨੂੰ ਯਾਦ ਹੀ ਨਹੀਂ ਰਹਿੰਦੀ ਜੀ। ਬਾਕੀ ਇਸ ਕਰਕੇ ਹੈਗਾ ਨਾ, ਰੋਟੀ ਦਾ ਪਲੀਸ ਕੋਈ ਵੀ ਕਲੱਬ ਵਾਲਾ ਕੋਈ ਵੀ ਬੰਦਾ ਰੋਟੀ ਦੇ ਪੈਸੇ ਨਾ ਕੱਟਿਆ ਕਰੋ ਜੀ। ਪਿੱਛੇ ਜੇ ਕੁਛ ਕਲੱਬ ਹੈਗੇ ਆ ਜਿਨ੍ਹਾਂ ਨੇ ਵਾਅਦਾ ਵੀ ਕੀਤਾ ਸੀ, ਜਿਹਦੇ 'ਚ ਸਭ ਤੋਂ ਪਹਿਲਾਂ ਸਰਦਾਰ ਗੁਰਜੰਟ ਸਿੰਘ ਆਲਮਲਾ ਕਲੱਬ, ਉਸ ਤੋਂ ਬਾਅਦ ਕਿਲ੍ਹਾ ਰਾਏਪੁਰ ਪਿਜ਼ਨ ਕਲੱਬ, ਉਸ ਤੋਂ ਬਾਅਦ ਇੱਕ ਹਿਠਾਟ ਕਬੂਤਰਬਾਜ਼ੀ ਕਲੱਬ, ਅਤੇ ਇੱਕ ਕੰਤਾ ਖਿੜਕੀਆਂ ਵਾਲਾ ਕਲੱਬ, ਇਹਨਾਂ ਨੇ ਵੀ ਇਹ ਵਾਅਦਾ ਕੀਤਾ ਸੀ। ਇੱਕ ਤਾਂ ਜਿਹੜੀਆਂ ਐਂਟਰੀਆਂ ਜੋ ਕਿ ਨਵੇਂ ਸਾਲ ਦੇ ਵਿੱਚ ਲਈਆਂ ਜਾਣਗੀਆਂ, ਮਹੀਨਾ ਜਾਂ 2 ਮਹੀਨੇ ਪਹਿਲਾਂ, ਬਹੁਤ ਵਧੀਆ ਗੱਲ ਲੱਗੀ ਜੀ, ਕਿਉਂਕਿ ਆਪਾਂ ਸਾਲ ਪਹਿਲਾਂ, ਅੱਜ ਕੱਲ੍ਹ ਖਰਚੇ ਬਹੁਤ ਹੋ ਗਏ ਜੀ, ਸਾਲ ਪਹਿਲਾਂ ਐਂਟਰੀਆਂ ਕੋਈ ਨਹੀਂ ਦੇ ਸਕਦਾ। ਸੋ ਪਲੀਜ਼ ਸਾਡੀ ਵੀ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਜਿਹੜੀ ਆਪਾਂ ਐਂਟਰੀ ਹੈ ਉਹ 2 ਮਹੀਨੇ ਜਾਂ ਮਹੀਨਾ ਪਹਿਲਾਂ ਹੀ ਲਈ ਜਾਵੇ, ਉਹਦੀ ਵੀ ਹਾਫ ਪੇਮੈਂਟ, ਜਾਂ ਜੇ 5,000 ਦੀ ਐਂਟਰੀ ਹੈ ਤਾਂ 500 ਲੈ ਲਓ, ਇੰਨੇ ਨਾਲ ਵੀ ਸਰ ਸਕਦਾ। ਸੋ ਸਾਡੀ ਤਾਂ ਰਿਕੁਐਸਟ ਹੈ, ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਜੀ, ਬਾਈ ਜੀ ਨੇ ਵੀ ਵਿਚਾਰ ਬਹੁਤ ਵਧੀਆ ਦਿੱਤੇ ਹੈ। ਰਹੀ ਗੱਲ, ਮੈਂ ਭਾਈ ਜੀ ਦੇ ਔਰ ਸਾਰੇ ਕਲੱਬਾਂ ਦੇ ਵਿਚਾਰ ਤੋਂ ਸਹਿਮਤ ਹਾਂ, ਪਰ ਮੇਰੀ ਪ੍ਰੋਬਲਮ ਹੈ ਕਿ ਮੈਂ ਸਿਰਫ ਐਂਟਰੀਆਂ ਲੈਣ ਵਾਸਤੇ ਜਾਂ ਲੋਕਾਂ ਨੂੰ ਮਿਲਣ ਵਾਸਤੇ ਜਾਂ ਭਾਜੀ ਹਾਰਾਂ ਨੂੰ ਮਿਲਣ ਵਾਸਤੇ ਮੈਂ ਸਿਰਫ 7 ਦਿਨ ਦੀ ਛੁੱਟੀ ਲੈ ਕੇ ਸਪੈਸ਼ਲ ਆਸਟ੍ਰੇਲੀਆ ਤੋਂ ਆਇਆ। ਮੇਰੇ ਕੋਲ ਅੱਗੇ ਫਿਰ ਮੈਂ ਮਈ 'ਚ ਹੀ ਆਉਣਾ, ਪਤਾ ਨਹੀਂ ਪਿੱਛੇ ਸਬੱਬ ਲੱਗੇ ਜਾਂ ਨਾ ਲੱਗੇ। ਅਤੇ ਉਹ ਮੇਰੇ ਬੰਟੀ ਹੈਗਾ ਜੀ ਇੱਥੇ, ਮੇਰਾ ਉਸਤਾਦ ਜੱਸੂ ਹੈਗਾ, ਅਤੇ ਹੋਰ ਆਪਣੇ 2-3 ਬੰਦੇ ਹੈਗੇ ਨੇ ਜਿਹੜੇ ਜਿਨ੍ਹਾਂ ਨੂੰ ਜਿਵੇਂ ਜਿਵੇਂ ਗਾਈਡ ਕਰਨੇ ਉਵੇਂ ਉਵੇਂ ਅੱਗੇ ਤਿਆਰੀਆਂ ਕਰੀ ਜਾਂਦੇ ਨੇ, ਮੇਰੇ ਆਉਣ ਤੋਂ ਪਹਿਲਾਂ ਸਾਰੀ ਤਿਆਰੀ ਕਰਕੇ ਰੱਖਦੇ ਨੇ। ਇਹ ਪਹਿਲਾਂ ਐਂਟਰੀ ਲੈਣ ਦਾ ਆਹੀ ਸੀਗਾ ਕਿ ਮੈਂ ਆਪ ਜਾ ਕੇ, ਇੰਨੇ ਬੰਦੇ ਇੰਨੀ ਮੰਡੀਰ ਆਈ ਹੈਗੀ, ਇਹਨਾਂ ਨੂੰ ਮੈਂ ਆਪ ਜਾ ਕੇ ਪਰਸਨਲੀ ਗ੍ਰੀਟ ਕਰਾਂ, ਇਹਨਾਂ ਦਾ ਸ਼ੁਕਰ ਕਰਾਂ, ਔਰ ਇਹਨਾਂ ਨੂੰ ਕਹਾਂ ਵੀ ਤੂੰ ਅਸੀਂ ਸਾਰੇ ਇਕੱਠੇ ਹਾਂ, ਗੇਮ ਨੂੰ ਇੱਕ ਐਂਟਰਟੇਨਮੈਂਟ ਦੀ ਤਰ੍ਹਾਂ ਇੰਜੋਏ ਕਰਨਾ, ਲੜਨਾ ਨਹੀਂ, ਦਾਰੂ ਨਹੀਂ ਪੀਣੀ, ਇਵੇਂ ਦੀਆਂ ਕਈ ਛੋਟੀਆਂ ਛੋਟੀਆਂ 1,000 ਚੀਜ਼ਾਂ ਨੇ ਜੀ। ਅਤੇ ਮੈਂ ਸਾਰਿਆਂ ਨੂੰ, ਬਾਕੀ ਜਿਹੜੀ ਆਪਣੀ ਪਹਿਲਾਂ ਐਂਟਰੀ ਲੈਣ ਦੀ, ਤਾਂ ਹੀ ਹਾਫ ਐਂਟਰੀ ਪਹਿਲਾਂ ਲੈ ਰਿਹਾ, ਉਹਦਾ ਇੱਕ ਹੀ ਰੀਜ਼ਨ ਆ ਕਿ ਮੈਂ ਅੱਗੇ 4 ਮਹੀਨੇ ਇੱਥੇ ਹੈ ਨਹੀਂ, ਅਤੇ ਤਾਂ ਕਰਕੇ ਭਾਅ ਜੀ ਫਿਰ ਆਪਾਂ ਪਹਿਲਾਂ ਐਂਟਰੀ ਪਕੜਨ ਦਾ ਆਪਣਾ ਵਿਚਾਰ ਬਣਿਆ। ਬਹੁਤ ਬਹੁਤ ਵਧੀਆ ਵਿਚਾਰ ਹੈ ਜੀ ਤੁਹਾਡੇ। ਹੋਰ ਮੇਰਾ ਵੀਰ ਕੋਈ ਨਵਾਂ ਆਇਆ? ਮੈਂ 2-3 ਬੰਦਿਆਂ ਨੂੰ ਮੈਂ ਮਿਲਾਉਣਾ ਚਾਹਾਂਗਾ ਜੀ, ਜਿਹੜੇ ਆਪਣੀ ਜ਼ਿੰਦਗੀ 'ਚ ਕਬੂਤਰਬਾਜ਼ੀ ਦੀ ਗੇਮ 'ਚ ਬਹੁਤ ਵਧੀਆ ਰੋਲ ਪਲੇ ਕਰ ਰਹੇ ਨੇ, ਜਾਂ ਇੱਕ ਮਕਾਨ ਖੜ੍ਹਾ ਕਰਨੇ ਆ ਨਾ ਜੀ, ਉਹ ਮਕਾਨ ਜਦੋਂ ਪਿੱਲਰਾਂ ਦੇ ਉੱਪਰ ਖੜ੍ਹਾ ਹੁੰਦਾ ਨਾ ਜੀ, ਉਹ ਮਜ਼ਬੂਤੀ ਹੁੰਦੀ ਉਹਦੇ 'ਚ, ਜੇ ਤੁਸੀਂ ਪਿੱਲਰ ਨਾ ਪਾਓ ਨਾ ਤਾਂ ਉਹਨੂੰ ਖੜ੍ਹਾ ਕਰ ਦਿਓ, ਕਿਸੇ ਟਾਈਮ ਵੀ ਲਚਕ ਆ ਸਕਦੀ ਹੈ। ਉਹ ਮੈਂ ਤੁਹਾਨੂੰ ਆਪਣੇ 4-5 ਪਿੱਲਰ ਦੱਸਦਾ ਜੀ, ਜਿਨ੍ਹਾਂ ਦੀ ਸਪੋਰਟ ਜਾਂ ਜਿਨ੍ਹਾਂ ਦੀ ਮਿਹਨਤਾਂ 'ਤੇ ਮੇਰੇ ਕਬੂਤਰ ਉੱਡਦੇ ਨੇ ਜੀ। ਪਹਿਲਾ ਪਿੱਲਰ ਹੈਗਾ ਜੀ ਮੇਰਾ ਮਿੱਤਾ ਜੀ, ਆ ਜੀ 14 ਸਾਲ ਹੋ ਗਏ ਜੀ ਕਬੂਤਰ ਮੇਰੇ ਇਹੀ ਸਾਂਭਦਾ, ਇਹੀ ਰੱਖਦਾ ਜੀ, ਲੱਖ ਲੱਖ 2-2 ਲੱਖ ਦਾ ਵੀ ਇਕੱਲਾ ਇਕੱਲਾ ਕਬੂਤਰ ਹੈ ਜੀ। ਕਈ ਕਦੇ ਵੀ ਦਿਲ 'ਚ ਕਬੂਤਰ ਨੂੰ ਲੈ ਕੇ ਕਦੇ ਬੇਈਮਾਨਾ ਨਹੀਂ ਆਇਆ ਜੀ। ਹੁਣ ਮੈਂ 14 ਸਾਲਾਂ ਬਾਅਦ ਜਾਂ
12 ਸਾਲਾਂ ਬਾਅਦ ਬਾਈ ਦੇ ਘਰੋਂ ਦੀ ਕਬੂਤਰ ਆਪਣੇ ਸਾਰੇ ਦੇ ਸਾਰੇ ਜਿੰਨੇ ਵੀ ਸੀਗੇ ਥੋੜ੍ਹੇ ਰਹਿ ਗਏ 10-20 ਨਵੇਂ ਪੱਠੇ ਪੁੱਠੇ ਛੱਡਤੇ ਜੀ ਉੱਥੇ ਬਾਕੀ ਸਾਰੇ ਹੁਣ ਨਵਾਂ ਸੈਟਅਪ ਕੀਤਾ ਇੱਥੇ ਲੈ ਕੇ ਆਏ ਹਾਂ ਬਾਈ ਨੇ ਇੱਕ ਵਾਰ ਨਹੀਂ ਕਿਹਾ ਕਿ ਬਾਈ ਇਹ ਕਬੂਤਰ ਮੈਂ ਦੇਣਾ ਨਹੀਂ ਜਾਂ ਇਹਦਾ ਮੈਂ ਬੱਚਾ ਨਹੀਂ ਦੇਣਾ ਇਹਦਾ ਮੈਂ ਫਲਾਣਾ ਨਹੀਂ ਦੇਣਾ ਬਾਈ ਨੇ ਕਿਹਾ ਖੁੱਡਾ ਰਾਜ ਜਿਹੜੇ ਜਿਹੜੇ ਤੇਰੇ ਨੇ ਜਿਹੜੇ ਤੈਨੂੰ ਚੰਗੇ ਲੱਗਦੇ ਨੇ ਚੁੱਕ ਲਾ ਮੈਂ ਬਾਈ ਆਪਣੇ ਕਬੂਤਰ 10-10 ਛੱਡੇ ਬਾਕੀ ਸਾਰੇ ਕਬੂਤਰ ਕਿਉਂਕਿ ਨਵੇਂ ਸਿਰੇ ਤੋਂ ਕਬੂਤਰ ਬਾਜੀ ਐਤਕੀ ਬਣਾਈ ਹੈਗੀ ਅਤੇ ਉਹ ਸਾਰੇ ਕਬੂਤਰ ਮੈਂ ਕੋਈ 70 ਕੁ ਕਬੂਤਰ ਮੈਂ ਬਾਈ ਦੇ ਘਰੋਂ ਦੀ ਲਿਆ ਆ ਸਾਰੇ ਆਪਣੇ ਨੇ ਉੱਥੇ ਜਿਹੜੇ ਰਹਿ ਗਏ ਉਹ ਵੀ ਆਪਣੇ ਕਬੂਤਰਾਂ ਦੇ ਹੀ ਬੱਚੇ ਨੇ ਸਾਰੇ ਪਰ ਮੈਂ ਕਿਹਾ ਨਹੀਂ ਵੀ ਇਵੇਂ ਨਹੀਂ ਕਰਨਾ ਗਰੀਬ ਮਾਰ ਨਹੀਂ ਕਰਨੀ ਜੀ ਇਹ ਮੇਰਾ ਬੈਕਬੋਨ ਆ ਜੀ ਜਿਹਨੂੰ ਆਪਾਂ ਰੀੜ ਦੀ ਹੱਡੀ ਕਹਿ ਦਿੰਦੇ ਹਾਂ ਜੀ ਆਹ ਬੰਦਾ ਇਹ ਹੈਗਾ ਆਪਣਾ ਇੱਕ ਨੰਬਰ ਦਾ ਇਮਾਨਦਾਰ ਬੰਦਾ ਜੀ ਇੱਕ ਨੰਬਰ ਦਾ ਇਮਾਨਦਾਰ 14 ਸਾਲਾਂ 'ਚ 2-2-4 ਲੱਖ ਵੀ ਕਿਤੇ ਘਰੇ ਛੱਡਤਾ ਜੀ ਇਹ ਨਹੀਂ ਹੋਇਆ ਜੀ ਵੀ ਕਦੇ ਉਹਦੇ 'ਚੋਂ 100 ਰੁਪਇਆ ਵੀ ਘੱਟ ਜੇ ਨਹੀਂ ਤਾਂ ਕੁਛ ਕਹਿਣਾ ਚਾਹੀਦਾ ਸੁਣਾ ਦਿਓ ਕੁਛ ਨਹੀਂ ਅਸੀਂ ਵੀਡੀਓ ਦੇ ਵਿੱਚ ਹੱਸੇ ਸੀ ਮੈਂ 50 ਰੁਪਏ ਦੇ ਪਹਿਲੇ 2 ਕਬੂਤਰ ਖਰੀਦੇ ਸੀ ਬਾਈ ਨੂੰ 40-45 ਸਾਲ ਹੋ ਗਏ ਕਬੂਤਰ ਰੱਖਦੇ ਬਚਪਨ ਦੇ ਇਹਨਾਂ ਦੀ ਚਲੋ ਦੂਸਰੀ 50 ਰੁਪਏ ਕਿਵੇਂ ਬਣਾਏ ਸੀ ਨਾ ਉਦੋਂ ਬਾਈ ਨੂੰ ਹੀ ਪਤਾ ਅੱਛਾ ਆਉਂਦੇ ਹਾਂ ਜੀ ਹੁਣ ਅਸੀਂ ਦੂਸਰੇ ਪਿੱਲਰ 'ਤੇ ਦੂਸਰਾ ਪਿੱਲਰ ਹੈਗਾ ਜੀ ਸੁਭਾਸ਼ ਜੀ ਬਾਈ ਜੀ ਨੂੰ ਵੀ ਨਹੀਂ ਮਿਲਾਇਆ ਰੋਹਤਕ ਤੋਂ ਸਪੈਸ਼ਲ ਅੱਜ ਮਿਲਣ ਆਇਆ ਹੁਣੇ ਪਹੁੰਚਿਆ 10 ਮਿੰਟ ਪਹਿਲਾਂ ਭੁਪਿੰਦਰ ਬਾਈ ਜੀ ਆਪਣਾ ਬਹੁਤ ਦੂਰੋਂ ਦੀ ਆਏ ਨੇ 300-400 ਕਿਲੋਮੀਟਰ ਦਾ ਸਾਢੇ 300 ਕਿਲੋਮੀਟਰ ਪਿੰਡ ਹਵੋ ਆਪਣੇ ਚਕੜਾ ਅਬੋਹਰ ਸ਼ਹਿਰ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਰਾਜਸਥਾਨ ਦੇ ਬਾਰਡਰ 'ਤੇ ਬਿਲਕੁਲ ਬਿਲਕੁਲ ਬਾਰਡਰ 'ਤੇ ਰਹਿ ਜਾਂਦਾ ਪੰਜਾਬ ਦਾ ਲਾਸਟ ਸ਼ਹਿਰ ਹਵੋ ਇਹ ਮੇਰਾ ਉਹ ਪਿੱਲਰ ਹੈ ਜੀ ਦੂਸਰਾ ਪਿੱਲਰ ਜਿਹਨੂੰ ਕਹਿੰਦੇ ਇਹਨੂੰ 3 ਸਾਲ ਹੋ ਗਏ ਜੀ ਮੇਰੇ ਕਬੂਤਰ ਸਾਰੇ ਇਹੀ ਸਾਂਭਦਾ ਜੀ ਇਹੀ ਗਾਂਦਾ ਠੀਕ ਹੈ ਜੀ ਖੁੱਡੇ ਸਾਂਭਦਾ ਜੀ ਬਈ ਸਾਡੇ ਇਹ ਨਹੀਂ ਹੈ ਵੀ ਖੁੱਡੇ 'ਚ 2 ਬੇਠਾਂ ਪਈਆਂ ਨੇ 3 ਹੋਣਗੀਆਂ 4 ਹੋਣਗੀਆਂ ਦੁਪਹਿਰੇ ਸਾਫ਼ ਕਰਾਂਗੇ ਜੀ ਬਸ ਇੱਕ ਜਿਹੜੀ ਇੱਕ ਬਿੱਠ ਕਰਤੀ ਉਹੀ ਖੁਰਪੇ ਨਾਲ ਬਾਹਰ ਹੈ ਜੀ ਵੀ ਇਹ ਨਹੀਂ ਵੀ ਉਹ ਸੁੱਕ ਜੂਗੀ ਤਾਂ ਬਾਹਰ ਕੱਢਾਂਗੇ ਸਾਰੇ ਖੁੱਡੇ ਧੋ ਕੇ ਸਾਰੇ ਕਬੂਤਰ ਕੱਢ ਕੇ ਬਾਹਰ ਸਾਰੇ ਖੁੱਡਿਆਂ ਨੂੰ ਦੂਸਰੇ ਦਿਨ ਧੋ ਕੇ ਚੰਗੀ ਤਰ੍ਹਾਂ ਪਾਣੀ ਨਾਲ ਸੁਕਾ ਕੇ ਚੰਗੀ ਤਰ੍ਹਾਂ ਫਿਰ ਹੀ ਸ਼ਾਮ ਨੂੰ ਕਬੂਤਰ ਵਾੜਦੇ ਨੇ ਤੀਸਰੀ ਇਹਦੀ ਖਾਸ ਗੱਲ ਹੈ ਜੀ 100 ਬਦਾਮਾਂ ਨੂੰ 3 ਘੰਟੇ ਪੀਸ ਕੇ ਉਹਨਾਂ ਦਾ ਦੁੱਧ ਕੱਢ ਕੇ ਹੀ ਕਬੂਤਰਾਂ ਨੂੰ ਪਾਲਦਾ ਜੀ ਨਹੀਂ ਤਾਂ ਸਾਡੇ ਕਬੂਤਰ ਇਵੇਂ ਨਹੀਂ ਜਾਂਦੇ 100 ਬਦਾਮਾਂ ਨੂੰ 3 ਘੰਟੇ ਘੋਟਣਾ ਹੈ ਜੀ 2-4 ਲਾਚੀਆਂ ਦੇ ਨਾਲ ਉਹਦਾ ਦੁੱਧ ਕੱਢ ਕੇ 5-5 ML 100 ਕਬੂਤਰਾਂ ਨੂੰ ਦੇਣਾ ਜੀ ਤੁਸੀਂ ਸੋਚੋ ਕਿੰਨੀ ਮਿਹਨਤ ਵਾਲਾ ਕੰਮ ਹੈ ਜੀ ਆਹ ਬੰਦਾ ਕਰਦਾ ਜੀ ਆਪਣੇ ਵਾਸਤੇ ਵੀ ਕਰਦਾ ਹੈ ਸ਼ੌਂਕ ਵੀ ਪੂਰਾ ਕਰਦਾ 2 ਮਹੀਨੇ ਆਉਂਦਾ ਜੀ ਬਾਈ ਜੀ ਅਪ੍ਰੈਲ ਮਈ ਜੂਨ 3 ਮਹੀਨੇ ਆਪਣੇ ਕੋਲ ਹੈ ਬਾਈ ਆਉਂਦਾ ਸਾਨੂੰ ਮੇਰੇ ਕਬੂਤਰਾਂ ਨੂੰ ਹੱਥ ਨਹੀਂ ਲਾਉਣ ਦਿੰਦਾ ਕਹਿੰਦਾ ਵੀ ਇਸ ਟਾਈਮ 3 ਮਹੀਨੇ ਵਾਸਤੇ ਮੇਰੇ ਨੇ ਤੂੰ ਖੁੱਡੇ ਤੋਂ ਚਾਹੇ ਬਾਹਰ ਹੋ ਜਾ ਤੈਨੂੰ ਮੈਂ ਆਪ ਮੁੱਠੀ ਭਰ ਕੇ ਦੇ ਦੂੰਗਾ ਲੈ ਇਹ ਜਾ ਕੇ ਛੱਡ ਲਾ ਅਤੇ ਕਬੂਤਰ ਉੱਡ ਕੇ ਦਿਖਾਏ ਨੇ ਜੀ ਪਿਛਲੇ 2-3 ਸਾਲਾਂ 'ਚ ਬਾਕੀ ਤੀਸਰਾ ਸੁਭਾਸ਼ ਚੰਦਰ ਬੋਸ ਹੀ ਮੈਂ ਇਹਨੂੰ ਕਹਿੰਦਾ ਲਓ ਜੀ ਇੱਕ ਮਿਲਾਉਂਦੇ ਹਾਂ ਤੁਹਾਨੂੰ ਆ ਗਿਆ ਛੋਟਾ ਮੇਰਾ ਮੁੰਡਾ ਬੱਲੇ 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 ਆਪਣੇ ਖਾਨਿਆਂ 'ਚ ਆਪਣੇ ਹੀ ਘਰੇ ਇੱਥੇ ਆਪਣੇ ਖੁੱਡਿਆਂ 'ਚ ਪਹਿਲੀ ਵਾਰੀ ਆਇਆ ਜੀ ਇਹ ਭਾਜੀ ਦੀ ਸਗਾਂ ਐਂਟਰੀ ਪਹਿਲਾਂ ਹੋ ਗਈ 2 ਕਦਮ ਮੇਰੇ ਤੋਂ ਤੇ ਇਹ ਕਈ ਗੇੜੇ ਮਾਰ ਗਿਆ ਜੀ ਇਹਨੂੰ ਚਿੜੀਆਂ ਚੁੜੀਆਂ ਦਾ ਬਹੁਤ ਸ਼ੌਂਕ ਆ ਤੇ ਤਾਂ ਕਰਕੇ ਆਪਾਂ ਗੱਲ ਕਰ ਰਹੇ ਸੀਗੇ ਸੁਭਾਸ਼ ਜੀ ਪਿੱਲਰ ਦੂਸਰਾ ਮੇਨ ਪਿੱਲਰ ਸੀਮੈਂਟ ਸੇ ਬਣਾ ਹੁਆ ਮਜ਼ਬੂਤੀ ਪਿੱਲਰ ਹਾਂਜੀ ਹਾਂਜੀ ਤੇ ਸੁਭਾਸ਼ ਚੰਦਰ ਕੁਛ ਬੋਲ ਤਾਂ ਕੁਛ ਮੇਰੇ ਭਾਈ ਇਹ ਦੀਵਾਰ ਨਹੀਂ ਟੁੱਟਦੀ ਹੈ ਮੇਰੇ ਬਾਰੇ ਮੈਂ ਬੋਲ ਦੇ ਮੈਂ ਤੇਰੇ ਕੋ ਕੈਸਾ ਲੱਗਤਾ ਹੂੰ ਮੇਰਾ ਤਾਂ ਬੋਲ ਨਹੀਂ ਜਾਵੇ ਨਹੀਂ ਫਿਰ ਵੀ ਬੋਲ ਦੇ ਕੁਛ ਤਾਂ ਨਹੀਂ ਕਿਵੇਂ ਦਾ ਸੁਭਾਅ ਲੱਗਦਾ ਇਹਨੂੰ ਰਾਜ ਦਾ ਸੁਭਾਅ ਕੈਸਾ ਲੱਗਤਾ ਮੈਂ ਤੇਰੇ ਕੋ ਮੇਰੇ ਕੋ ਬਹੁਤ ਅੱਛਾ ਲੱਗਤਾ ਰਾਜ ਭਾਈ ਰਾਜ ਭਾਈ ਮਤਲਬ ਬਹੁਤ ਅੱਛਾ ਹੀ ਭਾਈ ਹੈ ਔਰ ਇਸਕੀ ਮੇਰੀ ਦੋਸਤੀ ਲੰਬੇ ਰਹੇਗੀ ਮਤਲਬ ਛੋਟੀ ਦੋਸਤੀ ਨਹੀਂ ਬਹੁਤ ਲੰਬੀ ਕਹਿੰਦੇ ਆ ਜੀ ਦੋਸਤੀ ਰਹੂਗੀ ਛੋਟੀ ਨਹੀਂ ਬਹੁਤ ਵਧੀਆ ਲੱਗਿਆ ਜੀ ਥੈਂਕ ਯੂ ਤੁਹਾਡਾ ਸਪੈਸ਼ਲ ਆਇਆ ਜੀ ਰੋਹਤਕ ਤੋਂ ਜੀ ਦੇਖੋ ਜੀ ਕਹਿੰਦਾ ਸਵੇਰੇ 4 ਵਜੇ ਚੱਲਿਆ ਜੀ ਹੁਣੇ ਸਵਾ 12:30 ਹੋਏ ਨੇ 8 ਘੰਟੇ ਦਾ ਬੱਸਾਂ 'ਤੇ ਸਫ਼ਰ ਤੈਅ ਕਰਕੇ ਇੱਥੇ ਪਹੁੰਚਿਆ ਜੀ ਬਕਾਇਦਾ ਮਿਲਣ ਇਹਨੇ ਪ੍ਰੋਮਿਸ ਕੀਤੀ ਸੀਗੀ ਰਾਜ ਭਾਅ ਜੀ ਮੈਂ ਆਵਾਂਗਾ ਤੁਹਾਨੂੰ ਮਿਲਣ
ਕਹਿੰਦਾ ਵੀ ਜ਼ਿੰਦਗੀ ਭਾਵੇਂ ਛੱਡ ਦੇ ਪਰ ਮੈਂ ਤੈਨੂੰ ਨਹੀਂ ਛੱਡਦਾ। ਫਿਰ ਮੈਂ ਉਹੀ ਵਾਅਦਾ ਇਹਦੇ ਨਾਲ ਕੀਤਾ ਜੀ, ਮੈਂ ਤੈਨੂੰ, ਮੈਂ ਕਿਹਾ ਵੀ ਆਪਾਂ ਫਿਰ ਤੈਨੂੰ ਨਾਲ ਹੀ ਰੱਖਾਂਗੇ ਆਪਣੇ। ਬਹੁਤ ਵਧੀਆ ਜੀ, ਕੋਈ ਉਸਤਾਦ ਚੇਲੇ ਵਾਲੀ ਗੱਲ ਨਹੀਂ ਜੀ, ਬਸ ਇੱਕ ਪਿਆਰ। ਅਗਲਾ ਪਿੱਲਰ, ਅਗਲਾ ਪਿੱਲਰ ਜੀ ਆਪਣਾ ਬੰਟੀ ਉਸਤਾਦ। ਬੰਟੀ ਆ ਜਾ, ਬੰਟੀ ਕੋਈ ਨਹੀਂ, ਕੋਈ ਨਹੀਂ ਕਰੋ, ਆ ਜਾ ਆ ਜਾ। ਇੱਕ ਚੀਜ਼ ਹੈ ਜੀ ਜੋ ਅੱਜ ਇੱਥੇ ਖੁੱਡੇ ਬਣੇ ਹੋਏ ਆ ਬਾਈ ਰਾਜ ਦੇ, ਦੱਸ ਦਿੰਦੇ ਹਾਂ। ਇਹ ਜੋ ਵੀ ਉੱਥੋਂ ਇਹਨਾਂ ਨੇ ਪੈਸਾ ਭੇਜਿਆ ਸੀ, ਇਸ ਬੰਟੀ ਦੇ ਕੋਲ ਭੇਜਿਆ ਸੀ, ਉੱਥੋਂ ਇੱਕ ਨਕਸ਼ਾ ਤਿਆਰ ਕਰਕੇ ਵੀਰ ਨੇ ਦੇ ਦਿੱਤਾ। ਜੋ ਵੀ ਇੱਥੇ ਕੰਮ ਖੁੱਡਿਆਂ ਦਾ ਕੀਤਾ ਜਾਂ ਦੇਖਭਾਲ ਅੱਜ ਕਬੂਤਰਾਂ ਦੀ ਕਰ ਰਿਹਾ ਹੈ ਬੰਟੀ, ਜਿਹਨੂੰ ਇਹ ਛੋਟਾ ਵੀਰ ਵੀ ਮੰਨਦੇ ਆ, ਆਪਦਾ ਭਰਾ ਹੈਗਾ ਮੇਰਾ, ਬੱਚਾ ਵੀ ਹੈਗਾ, ਬੱਚਾ ਵੀ ਮੰਨਦੇ ਆ, ਬਹੁਤ ਵਧੀਆ ਜੀ। ਕਿਉਂਕਿ ਅੱਜ ਕੱਲ੍ਹ ਵਿਸ਼ਵਾਸ ਕਰਨਾ, ਹਰ ਕਿਸੇ 'ਤੇ ਵਿਸ਼ਵਾਸ ਵੀ ਨਹੀਂ ਕਰ ਸਕਦੇ, ਪਰ ਵਿਸ਼ਵਾਸ ਨੂੰ ਪੂਰਾ ਕਰਨਾ ਜਿਵੇਂ ਕਿ ਵੀਰ ਨੇ ਕੀਤਾ, ਕੋਈ ਇੱਕ ਰੁਪਈਆ ਨਹੀਂ, ਸਾਰੇ ਪੈਸਿਆਂ ਦਾ ਵੀਰ ਨੂੰ ਹਿਸਾਬ ਦਿੱਤਾ, ਬਹੁਤ ਵਧੀਆ ਲੱਗਿਆ ਵੀਰ। ਬਈ ਹੁਣ ਕਾਰੋਬਾਰ ਜਿਹੜਾ ਹੈਗਾ, ਜਿੰਨਾ ਵੀ ਪਿੱਲਰ 'ਤੇ ਆਪਣੇ ਨਾਲ ਹੈਗੇ ਨੇ, ਜਿਹੜਾ ਉੱਪਰ ਚਵਾਰਾ ਪਾਇਆ ਜੀ, ਇਹ ਬੰਟੀ ਇਹ ਚਵਾਰਾ ਹੈ ਜੀ, ਇਹਨੂੰ ਚਵਾਰਾ ਕਹਿ ਲੈਂਦੇ ਹਾਂ ਅਸੀਂ, ਠੀਕ ਹੈ ਜੀ। ਬਾਕੀ ਹੁਣ ਆਉਣ ਵਾਲੇ ਟਾਈਮ 'ਚ ਲੁੱਕ ਆਫਟਰ ਜਿੰਨੀ ਵੀ ਕਬੂਤਰਾਂ ਦੀ। ਲਓ ਜੀ ਪਾਪਾ ਸੁਣਾਓ, ਕੀ ਪਾਪੇ ਬਾਰੇ ਗੱਲ ਸੁਣਾਓ ਜੀ। ਓਹੋ ਇੰਨਾ ਮੇਰਾ ਫੋਨ ਦੇ, ਪਹਿਲਾਂ ਮੇਰਾ ਫੋਨ ਜਿਹੜਾ ਸੀਗਾ, ਫੋਨ ਕਿੱਧਰ ਗਿਆ? ਇਹ ਜੀ ਮੇਰਾ ਮੁੰਡਾ 2 ਸਾਲਾਂ ਦਾ ਹੋ ਗਿਆ ਜੀ, ਇੱਕ ਆਪਣੇ ਕੋਲ ਬੇਟੀ ਆ ਜੀ, ਅਤੇ ਇਹ ਮੇਰੇ ਬਿਨਾਂ ਰਹਿੰਦਾ ਨਹੀਂ। ਮੈਂ ਹੁਣ 2 ਦਿਨ ਹੋ ਗਏ ਨੇ, ਬਸ ਇਹਨੇ ਕਹਿਣਾ ਵੀ 53 ਚੋਂ ਉਹ ਬਈ ਪਕੌੜੇ ਖਾਣੇ ਹੋਣੇ। ਅੱਛਾ ਪਕੌੜੇ ਖਾਣੇ ਆ, ਦੇਖੀ ਭਾਜੀ ਹੋਣਾ ਮੇਰੇ। ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਵੀਰ ਦੋ ਆਏ ਆ ਆਪਣੇ ਨਵੇਂ, ਕਿੱਥੋਂ ਆਏ ਹੋ ਜੀ? ਯੂਪੀ ਤੋਂ। ਕੀ ਨਾਂ ਹੈ ਜੀ? ਮੋਨੂ। ਆਪਾਂ ਸਰਦਾਰ ਜੀ ਲਖਨੌਰ ਜੀ। ਆਪਣਾ ਕੀ ਨਾਂ? ਮੇਰਾ ਉਮਰ ਸੰਦੀਪ ਹੈ ਜੀ, ਕੱਚਾ ਨਾਂ ਜੱਟ ਦਾ ਜੀ। ਅੱਜ ਕਬੂਤਰ ਐਂਟਰ ਕਰਾਉਣ ਆਏ ਹੋ? ਬਹੁਤ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ। ਹਾਂਜੀ ਹੁਣ ਆਪਾਂ ਕਰਦੇ ਇਹਨਾਂ ਦੀ ਕੋਸ਼ਿਸ਼, ਕਹਿੰਦੇ ਵੀ ਖਾਸ ਕਬੂਤਰ ਹੈ ਬਾਈ ਜੀ ਰਾਜ ਦੇ, ਚਾਨਣਾ ਪਾਉਂਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਿਹੜਾ ਕਬੂਤਰ ਹੈ ਫੜੋ ਜੀ, ਕਿਹੜਾ ਤੁਹਾਡਾ ਸਭ ਤੋਂ ਖੋਲ ਲੈ ਕੇ ਅਸੀਂ ਬਾਈ ਜੀ ਮੀਤਾ ਪਹਿਲਾ ਜਿਹੜਾ ਕਬੂਤਰ ਹੈ, ਫੇਵਰੇਟ ਜਿਹਨੂੰ ਕਹਿੰਦੇ ਆਪਦੇ, ਲੱਕੀ ਕਬੂਤਰ ਹੁੰਦੇ ਜਾਂ ਫੇਵਰੇਟ ਹੁੰਦੇ ਆ, ਉਹਨਾਂ ਚੋਂ ਪਹਿਲਾਂ ਤਾਂ ਇਹਦੀ ਥੋੜ੍ਹੀ ਝਲਕ ਵਿਖਾਓ ਜੀ ਇਹਦੀ। ਐਂ ਲੱਗਦਾ ਅੰਦਰ ਜਿਵੇਂ ਮੋਤੀ ਜਗਦਾ ਹੋਵੇ। ਚਿੱਟੀਆਂ ਅੱਖਾਂ ਜੀ, ਸਾਈਡ 'ਤੇ ਜਿਹੜੀ ਹੈ ਲਾਲ, ਜਿਵੇਂ ਮਿਰਚ ਕਹਿ ਦਿੰਦੇ ਆਪਾਂ, ਮਿਰਚ ਦਾਣਾ, ਉਸ ਤਰ੍ਹਾਂ ਦੀ ਅੱਖ ਹੈ ਇਸਦੀ। ਸਿਰ ਦੇ ਉੱਤੋਂ ਲਾਲਸਰਾ ਜੀ, ਆਪਾਂ ਜੌਂਸਰਾ ਵੀ ਕਹਿ ਦਿੰਦੇ ਹਾਂ ਉਹਨੂੰ, ਲਾਲਸਰਾ ਵੀ ਕਹਿ ਦਿੰਦੇ ਹਾਂ। ਅਤੇ ਉਸ ਤੋਂ ਬਾਅਦ ਇਹਦੇ ਦਿਖਾਉਂਦੇ ਤੁਹਾਨੂੰ ਪੱਪਰ, ਹੁਣ ਆਪਾਂ ਇਸ ਕਬੂਤਰ ਦੀ ਪੁੱਛਦੇ ਹਾਂ ਬਾਈ ਜੀ ਤੋਂ ਖਾਸੀਅਤ ਕੀ ਹੈ, ਖਾਸੀਅਤ ਦੱਸੋ ਜੀ, ਕਿਵੇਂ ਤੁਹਾਡਾ ਫੇਵਰੇਟ ਹੈ? ਬਾਈ ਜੀ ਇਹਦੇ ਮਾਂ ਬਾਪ ਆਪਣੇ ਕੋਲ, ਮਾਂ ਤਾਂ ਮਰ ਗਈ, ਪਿਓ ਰਹਿ ਗਏ ਜੀ ਜੀ। ਇਹਨੂੰ ਅਸੀਂ ਭੈਣਾਂ ਦਾ ਭਰਾ ਕਹਿੰਦੇ ਹਾਂ, ਉਹਦਾ ਇੱਕ ਰੀਜ਼ਨ ਹੈ, ਸੱਤ ਕਬੂਤਰੀਆਂ ਛੇ ਭਾਅ ਜੀ। ਇਹ ਕਬੂਤਰਾਂ ਦੀ ਖਾਸੀਅਤ ਆ ਬਾਈ, ਇੱਕ ਜੋੜਾ ਆਇਆ ਸੀ ਆਪਣਾ ਬਲਬੀਰ ਬੋਸਲ ਦੇ ਘਰੋਂ ਜੀ, ਉਹਨਾਂ ਦੇ ਜੋੜੇ ਨੇ ਆਪਣੇ ਕੋਲ, ਉਹਨਾਂ ਦੇ ਪੱਠੇ ਪੱਠੀਆਂ ਅਸੀਂ ਡਾਏ, ਅਸੀਂ ਉਹਨਾਂ 'ਚ 2 ਬਚ ਗਏ ਆਪਣੇ ਕੋਲ, ਦੋਵਾਂ ਨੂੰ ਅਸੀਂ ਆਪਸ ਮਿਲਾ ਤਾ ਜੀ। ਉਹਨਾਂ ਨੇ 7 ਬੱਚੇ ਕੱਢੇ ਜੀ ਆਪਣੇ ਕੋਲ, ਜਿਨ੍ਹਾਂ 'ਚ ਇੱਕ ਕਬੂਤਰ ਨਿਕਲਿਆ ਜੀ, 6 ਕਬੂਤਰੀਆਂ, ਉਹ ਅਸੀਂ ਉਹਨਾਂ ਨੂੰ ਭੈਣਾਂ ਦੇ ਨਾਮ ਤੋਂ ਮਸ਼ਹੂਰ ਕਰਤਾ ਜੀ। ਉਹ ਜਿੱਥੇ ਵੀ ਛੱਡੀਆਂ ਜੀ, ਉੱਥੇ ਜਿੱਤੀਆਂ ਹੀ ਜਿੱਤੀਆਂ ਜੀ। ਉਹਨਾਂ ਦੀ ਇੱਕ ਭੈਣ ਸਭ ਤੋਂ ਵੱਡੀ ਬਾਜੀ ਜਿੱਤੀ ਜੀ, ਪਾਣੀਪਤ ਮਨਾਣਾ ਪਿੰਡ ਦੇ ਅੰਦਰ 11,000 ਦੀ ਐਂਟਰੀ ਸੀਗੀ। ਉਹ ਕਬੂਤਰੀ ਇੱਕ ਦਿਨ ਪਹਿਲਾਂ ਘਰ 7:30 ਵਜੇ ਬੈਠੀ ਸੀਗੀ ਜੀ, ਮਨਾਣਾ ਪਿੰਡ 2 ਭੈਣਾਂ ਲੈ ਗਿਆ ਜੀ ਮੈਂ, ਛੱਡਣੀ ਦੂਸਰੀ ਸੀਗੀ। ਉਹ ਕਹਿੰਦੇ 12 ਵਜੇ, ਕਹਿੰਦਾ ਇੰਨਾ ਟੈਂਪਰੇਚਰ ਹੈਗਾ ਇੱਥੇ ਜੀ 46 ਦਾ, 12 ਵਜੇ ਕਹਿੰਦੇ ਬਾਜੀ ਖਤਮ ਹੋ ਜਾਂਦੀ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੇ 12 ਵਜੇ ਬਾਜੀ ਖਤਮ ਹੋ ਜਾਂਦੀ
ਵੀ ਇਹ ਛੱਡ ਲੈਂਦੇ ਹਾਂ। ਬੰਟੀ ਮੇਰੇ ਨਾਲ ਸੀ, ਉਹ ਕਹਿੰਦਾ ਰਾਜ ਇਹ ਕਬੂਤਰੀ ਕੱਲ੍ਹ 7:30 ਬੈਠੀ ਆ ਘਰੇ ਆਪਣੇ, ਅਤੇ ਵੀ ਇਹ ਕਬੂਤਰੀ ਸ਼ਾਇਦ ਨਾ ਉੱਡੇ। ਮੈਂ ਕਿਹਾ ਬੰਟੀ ਕਬੂਤਰੀ ਇਹੀ ਛੱਡਣੀ ਹੈ ਜੀ, ਅਤੇ ਮੈਂ ਕਿਹਾ ਦੂਸਰੇ ਵਾਲੀ ਨੂੰ ਰੋਕੜਾ। ਮੈਂ ਕਿਹਾ ਵੀ ਇਹ ਕਹਿੰਦੇ ਪਏ ਨੇ ਵੀ ਉਹ ਭੱਜ ਜਾਂਦੇ ਨੇ ਉੱਥੋਂ ਕਬੂਤਰ, ਇੰਨਾ ਜ਼ਿਆਦਾ ਟੈਂਪਰੇਚਰ ਆ, ਚਾਰੇ ਪਾਸੇ ਪੱਠੇ ਸੀਗੇ। ਅਤੇ ਉਹ ਬਾਜੀ ਪਿਛਲੇ ਸਾਲ ਦੀ ਗੱਲ ਆ ਜੀ, ਅਤੇ ਉਹ ਕਬੂਤਰੀ ਜੀ ਆਪਣੀ ਸੈਕਿੰਡ ਵਿਨਰ ਰਹੀ ਉੱਥੇ ਜੀ। 11,000 ਦੀ ਟੂਰਨਾਮੈਂਟ ਸੀਗਾ ਅਤੇ ਰਾਜ ਆਸਟ੍ਰੇਲੀਆ ਦੇ ਨਾਮ ਤੋਂ ਆਪਾਂ ਛੱਡੀ ਹੋਈ ਸੀ। ਉਹ ਕਬੂਤਰੀ 6:45 ਬੈਠੀ ਜੀ, 2-3 ਕਬੂਤਰ ਰਹਿ ਗਏ ਸੀਗੇ 5 ਵਜੇ ਤੋਂ ਬਾਅਦ, 6:45 ਕਬੂਤਰੀ ਬੈਠੀ ਜੀ। ਅਤੇ ਇਹ ਉਹਦਾ ਭਰਾ ਹੈਗਾ ਜੀ, ਉਹ 6 ਉਹਨਾਂ 'ਚੋਂ 2 ਕਬੂਤਰੀਆਂ ਆਪਣੀਆਂ ਬੱਚੀਆਂ ਹੋਈਆਂ ਨੇ, 4 ਆਪਣੇ ਕੋਲੋਂ ਬਿਮਾਰੀ ਬਿਮੂਰੀ 'ਚ ਇੱਧਰ ਉੱਧਰ ਹੋ ਗਈਆਂ ਜੀ। ਇੱਕ ਕਿਲ੍ਹਾ ਰਾਜਪੁਰ ਛੱਡੀ ਸੀ ਪਿਛਲੇ ਸਾਲ, ਉੱਥੋਂ ਦੀ ਹਿੱਲ ਗਈ ਸੀਗੀ, 5 ਵਜੇ ਉਹਨਾਂ ਦੀ ਬਾਜੀ ਖਤਮ ਹੋ ਗਈ ਸੀਗੀ, ਸੇਮ ਤਰ੍ਹਾਂ ਇਹਦੇ ਤਰ੍ਹਾਂ ਦੀ ਸੀਗੀ ਜੀ। 5:30 ਨਾਲ ਪਿਛਲੇ ਪਿੰਡ 'ਚ ਬੈਠੀ ਜੀ, ਸਵੇਰੇ ਨਿਕਲ ਗਈ ਸੀਗੀ, ਮੈਨੂੰ ਲੱਗਦਾ ਸ਼ਾਇਦ 2-3 ਨੰਬਰ 'ਤੇ ਉਹਨਾਂ ਨੇ ਕੱਟਤੀ ਆਪਣੀ ਕਬੂਤਰੀ। 5:30 ਉੱਥੇ ਬੈਠੀ ਸੀਗੀ ਕਬੂਤਰੀ, 5 ਵਜੇ ਉਹਨਾਂ ਦੀ ਪਿਛਲੇ ਸਾਲ, ਤੁਸੀਂ ਰਿਕੋਰਡ ਚੈੱਕ ਕਰ ਲਓ, ਮੇਰੇ ਖਿਆਲ 5:00 ਦੇ ਕਰੀਬ ਉਹ ਬਾਜੀ ਖਤਮ ਹੋ ਗਈ ਸੀਗੀ। ਤਾਂ ਇਹ ਮੇਰਾ ਫੇਵਰੇਟ ਹੈ ਜੀ, ਇਸ ਦੂਸਰਾ ਕਲਾ ਭੱਜਦੇ ਨਹੀਂ ਬਿਲਕੁਲ ਵੀ। ਆਹ ਕਬੂਤਰ ਤੁਸੀਂ ਪਹਿਲਾਂ, ਮੈਂ ਤੁਹਾਨੂੰ ਕਹਾਂਗਾ ਵੀ ਤੁਸੀਂ ਦੇਖੋ ਵੀ ਤੁਹਾਨੂੰ ਕਿਹਦੇ ਠੀਕ ਹੈ ਜੀ। ਪਲਕਾਂ ਤੋਂ ਦੇਖੋ, ਪੈਰਾਂ ਤੋਂ ਦੇਖੋ, ਤੁਸੀਂ ਦੱਸੋ ਵੀ ਸਾਰੀ ਦੁਨੀਆ ਦੇਖਿਆ ਜੀ ਤੁਸੀਂ। ਦੇਖੋ ਜੀ, ਜਿੰਨੀ ਕੁ ਆਪਾਂ ਨੂੰ ਜਿਵੇਂ ਇਹਦਾ ਸਿਰ ਹੈ ਬੈਟ, ਇੰਨਾ ਕਹਿ ਸਕਦਾ ਵੀ ਸਾਡੀ ਇਹ ਠਾੜਦੀ ਨਸਲ ਹੈ। ਹਾਂਜੀ, ਉੱਧਰੋਂ ਹੀ ਆਇਆ ਜੀ। ਹਾਂਜੀ ਹਾਂਜੀ ਹਾਂਜੀ, ਠਾੜਦੀ ਹੈ ਬਿਲਕੁਲ ਜੀ, ਬਿਲਕੁਲ ਠਾੜਦੀ ਨਸਲ ਹੈ ਜੀ। ਹਾਂਜੀ, ਪਲਕਾਂ ਲਾਲ ਨੇ ਇਹਦੇ ਵਿੱਚ, ਜਿੱਥੋਂ ਤੱਕ ਹੋ ਸਕਦਾ ਵੀ ਰੋਡੇ ਵਾਲੇ ਸਾਡੇ ਬਾਬਾ ਜੀ ਰੋਡੇ, ਹਾਂਜੀ ਹਾਂਜੀ ਰੋਡੇ ਵਾਲੇ ਬਹੁਤ ਹੀ ਮਸ਼ਹੂਰ ਕਬੂਤਰਬਾਜ਼ ਸੀ। ਠੀਕ ਹੈ ਜੀ, ਇਹ ਰੋਡੇ ਵਾਲਿਆਂ ਦੀ ਮਿਸ ਜ਼ਰੂਰ ਹੈ। ਮਿਸ ਹਾਂਜੀ ਹੈਗੀ ਜੀ, ਹੈਗੀ ਹੈ, ਹੈਗੀ ਜੀ ਹੈਗੀ। ਠੀਕ ਹੈ, ਅੱਗੋਂ ਚਾਨਣਾ ਤੁਸੀਂ ਪਾ ਦਿਓ ਮੈਨੂੰ ਜਿੰਨੀ ਜਾਣਕਾਰੀ। ਕਿਸੇ ਪੰਜਾਬ ਦੇ ਖਿਡਾਰੀ ਨੇ, ਇੰਨਾ ਕੁ ਬੱਚਾ ਸੀਗਾ ਜੀ, ਜੀ ਛੱਡਤਾ ਕਿਤੇ ਜੀ, ਜੀ ਕੋਈ ਆਪਣਾ ਹੀ ਕੋਈ ਯਾਰ ਦੋਸਤ ਨੌਨ ਬੱਚਾ ਸੀਗਾ, ਉਹਨੇ ਰਾਤ ਨੂੰ ਬੈਠਾ ਜੀ ਉੱਥੋਂ, ਉਹਨੇ ਚੁੱਕ ਲਿਆ ਜੀ। 10-15 ਦਿਨ ਸਾਨੂੰ ਬਾਅਦ ਸਾਨੂੰ ਪਤਾ ਲੱਗਾ ਜੀ ਉਹ ਸਾਡੇ ਕੋਲ ਹੀ ਛੱਡ ਗਿਆ। ਫਿਰ ਉਹ ਉਸ ਟਾਈਮ ਸਾਨੂੰ ਇਹਦੀ ਨੌਲੇਜ ਨਹੀਂ ਸੀਗੀ, 5-6 ਸਾਲ ਹੋ ਗਏ, 6-1 ਸਾਲ ਹੋ ਗਏ ਨਾ ਆਪਣੇ ਕੋਲ। ਅਤੇ ਫਿਰ ਜਦੋਂ ਇਹਦੇ ਬੱਚੇ ਡਾਏ ਜੀ, ਇਹਦੇ ਬੱਚਿਆਂ ਦੀ ਖਾਸ ਗੱਲ ਕੀ ਸੀਗੀ ਜੀ, ਪਰ ਨਹੀਂ ਸੀ ਮਾਰਦੇ, ਉੱਡਦੇ ਸੀਗੇ ਜੀ, ਬਸ ਲਾਸਟ ਵਾਲੇ ਦੋ ਹੀ ਪਰ ਐਂ ਹੁੰਦੇ ਸੀਗੇ। ਇਹਦੇ ਬੱਚੇ ਬਹੁਤ ਜ਼ਿਆਦਾ ਉੱਡੇ ਸੀ ਆਪਣੇ ਕੋਲ, ਬਹੁਤ ਜ਼ਿਆਦਾ। ਫਿਰ ਇਸ ਕਰਕੇ ਆ ਸਾਡਾ ਫੇਵਰੇਟ ਕਬੂਤਰ ਬਣ ਗਿਆ, ਅਤੇ ਹੁਣ ਬੱਚੇ ਆਪਣੇ ਕੋਲ 5-4 ਰਹਿ ਗਏ। ਛੱਡਾਂਗੇ ਐਤਕੀ ਬਾਜ਼ੀਆਂ 'ਚ, ਪਿਛਲੇ ਸਾਲ ਨੇ ਕੋਈ ਵੀ ਬਾਜ਼ੀ ਛੱਡੀ, 2-4 ਛੱਡੀਆਂ ਹਾਰ ਗਏ, ਕਬੂਤਰ ਥੋੜ੍ਹੇ ਨਹੀਂ ਸੈੱਟ ਆਏ, ਢਿੱਲੇ ਹੋ ਗਏ। ਦਵਾਈ ਦੇ ਤੀ ਕੀੜਿਆਂ ਦੀ ਜ਼ਿਆਦਾ ਡੋਜ਼ 'ਚ, ਸੋਕੇ 'ਚ ਆ ਗਏ ਸੀ, ਤਾਂ ਫਿਰ ਛੱਡੇ ਨਹੀਂ ਪਿਛਲੇ ਸਾਲ। ਲਓ ਜੀ, ਆਪਣੇ ਬਹੁਤ ਹੀ ਮਸ਼ਹੂਰ ਹਿਠਾੜ ਦਾ ਜਿਹੜਾ ਏਰੀਆ, ਕਬੂਤਰਬਾਜ਼ੀ ਜਿੱਥੋਂ ਚੱਲੀ ਸੀ, ਜਿੱਥੋਂ ਬੂਟਾ ਲੱਗਿਆ ਸੀ, ਉੱਥੋਂ ਦੇ ਮਸ਼ਹੂਰ ਕਬੂਤਰ ਹੈ ਜੀ। ਕਿਹਦੇ ਤੋਂ ਲਿਆ ਸੀ ਇਹ ਕਬੂਤਰ? ਮੈਂ ਤੁਹਾਨੂੰ ਦੱਸਿਆ ਜੀ, ਕਿਸੇ ਬਾਜੀ 'ਚ ਬੱਚਾ ਸੀਗਾ ਚੁੱਕਿਆ ਜਿਹਾ। ਠੀਕ, ਜ਼ਿਕਰ ਕੀਤਾ? ਹਾਂਜੀ, ਕਿਸੇ ਆਪਣੇ ਬੱਚੇ ਨੇ ਚੁੱਕ ਲਿਆ ਜੀ, 10-12 ਦਿਨ ਉਹਦੇ ਕੋਲ ਪਿਆ ਰਿਹਾ ਜੀ, ਉਸ ਤੋਂ ਬਾਅਦ ਉਹ ਸਾਡੇ ਕੋਲ ਛੱਡ ਗਿਆ, ਅਤੇ ਸਾਨੂੰ ਇਹਦੀ ਨੌਲੇਜ ਨਹੀਂ ਸੀਗੀ ਉਸ ਟਾਈਮ। ਅਤੇ ਬਾਬਾ ਧੰਨਾ ਮਹਿਰਾਜ, ਲਓ ਜੀ ਬਾਬਾ ਜੀ ਧੰਨਾ ਮਹਿਰਾਜ, ਜਿਹਨੂੰ ਬੱਚਾ ਜਾਣਦਾ ਹੈ, ਉਹਨਾਂ ਦੇ ਘਰੋਂ ਆਇਆ ਕਬੂਤਰ, ਉਹਦਾ ਪੱਠਾ ਜੀ, ਉਹਦਾ ਉਹ ਵੀ ਪਿਆ ਆਪਣੇ ਕੋਲ ਕਬੂਤਰ। ਲਓ ਜੀ, ਕਈ ਲਾਲ ਸਰੇ ਹੁੰਦੇ ਆ, ਕਈ ਗੂੜੀਆਂ ਹਿੱਕਾਂ ਵਾਲੇ ਹੁੰਦੇ ਆ, ਕਈ ਰੱਤੇ ਹੁੰਦੇ ਆ, ਲਾਲ ਚੀਨੇ, ਜੋ ਕਿ ਬਾਬਾ ਜੀ ਸਾਡੇ ਬਹੁਤ ਹੀ ਵਧੀਆ ਖਿਡਾਰੀ ਹੈ, ਉਹਨਾਂ ਦੇ ਕਬੂਤਰ ਹੈ ਜਿਹੜੇ ਬਾਬਾ ਜੀ ਧੰਨਾ ਜੀ ਦੇ, ਹਰ ਇੱਕ ਨਸਲ, ਹਰ ਇੱਕ ਰੰਗ ਕੱਢਦੇ ਹੋ, ਚਿੱਟੇ ਵੀ ਨਿਕਲਦੇ ਉਹਨਾਂ ਦੇ, ਜੋ ਕਿ ਉਹਨਾਂ ਦੇ ਬਹੁਤ ਮਸ਼ਹੂਰ ਹੋਏ ਆ ਜੀ। ਮੈਂ ਤਾਂ ਤੁਹਾਨੂੰ ਪਿਓ ਵੀ ਦੱਸਣਾ ਜੀ, ਜੇ ਤੁਸੀਂ ਪਕੜਿਆ ਕਿ ਮਿੰਟ ਦੇ ਅੰਦਰ ਅੰਦਰ ਜੀ, ਇਹ ਕਬੂਤਰ ਘਰੇ 'ਤੇ 6 ਘੰਟੇ ਉੱਡਿਆ ਜੀ, ਇਹਦਾ ਭਰਾ ਛੱਡਿਆ ਸੀਗਾ ਜੀ, ਜੀ ਬਦਾਮਾਂ ਦਾ ਮੈਂ ਕਹਿੰਦਾ ਰੱਜਿਆ ਪਿਆ ਸੀਗਾ, ਐਵੇਂ ਹੀ ਖੜ੍ਹੇ ਪਏ
ਪੈਰ ਹੀ ਆਪਣਾ ਦਿਮਾਗ ਲੱਗਿਆ ਵੀ ਚਲ ਆਪਾਂ ਜੀ ਛੱਡ ਲੈਂਦੇ ਹਾਂ, ਕੋਈ ਗੱਲ ਨਹੀਂ। ਕਬੂਤਰ ਦੇਖਿਆ ਕਹਿੰਦੇ ਚਲ ਇਹ ਛੱਡ ਲੈਂਦੇ ਹਾਂ। ਅਸੀਂ ਤਾਂ ਐਵੇਂ ਛੱਡਿਆ ਜੀ ਉਹ ਕਬੂਤਰ, ਗਰਮੀ ਵਧੀਆ ਸੀਗੀ ਉੱਦਣ ਜੀ, 7 ਵਜੇ ਬਾਜੀ ਸ਼ਡੀਚੀ ਸੀਗੀ, 5:45 ਵਜੇ ਕਬੂਤਰ ਬੈਠਾ। ਫਿਰ ਸਾਨੂੰ ਲੱਗਾ ਵੀ ਆਹ ਕਬੂਤਰ ਭੱਜ, ਟੀਵੀ ਨਹੀਂ ਲਗਾਈ ਜੀ, ਫਿਰ ਉਹ ਰੁੱਲ ਗਿਆ ਸੀਗਾ ਕਬੂਤਰ। ਇਹ ਸਗਾ ਭਰਾ ਸੀਗਾ, ਦੋਨੇ ਕਬੂਤਰ ਹੀ ਨਿਕਲੇ ਇੱਕੋ ਤਰ੍ਹਾਂ ਦੇ ਸੀਗੇ। ਅਤੇ ਮੈਂ ਤੁਹਾਨੂੰ ਇਹਦਾ ਫੋਟੋ ਦੱਸਣਾ ਜੀ, ਇਹਦਾ ਜੀ 60-70 ਹਜ਼ਾਰ ਬੰਦਾ ਦਿੰਦਾ ਸੀ ਕਬੂਤਰ ਦਾ ਜੀ, ਪਰ ਜਿਹਦੇ ਕੋਲ ਖਰੀਦਿਆ ਸੀਗਾ, ਸਾਰੇ ਮੁੱਲ ਦੇ ਹੀ ਨੇ, ਸਾਰੇ ਖਰੀਦੇ ਹੋਏ ਕਬੂਤਰ ਨੇ ਜੀ। ਅਤੇ ਇਹਦਾ ਪਿਓ ਹੈ ਜੀ, ਕਾਫੀ ਪੁਰਾਣਾ ਕਬੂਤਰ ਹੈ ਜੀ, 12 ਪਿਓ ਹੈ। ਹਾਂਜੀ ਹਾਂਜੀ ਜੀ। ਲਓ ਜੀ ਆਹ ਇਹਨਾਂ ਦਾ ਜਿਹੜਾ ਮੇਨ ਕਬੂਤਰ ਹੈ, ਜੋੜੀਆਂ 'ਚੋਂ ਲੈ ਕੇ ਆਉਂਦਾ ਸਪੈਸ਼ਲ ਵਿਖਾਉਣਾ ਤਾਂ ਇੱਥੇ ਸਮਝਿਆ ਕਿ ਕਬੂਤਰ ਦੀ ਗੱਲ ਚੱਲ ਰਹੀ ਸੀ। ਹਾਂਜੀ, ਇਹਦੀ ਨਸਲ ਬਹੁਤ ਜ਼ਿਆਦਾ ਉੱਡੀ, ਕਈ ਲੋਕਾਂ ਨਾਮ ਨਹੀਂ ਲਾਂਗਾ ਪਰ 3 ਘਰਾਂ 'ਚ ਇਹਦੀ ਨਸਲ ਉੱਡਦੀ ਹੈ ਜੀ, ਬਹੁਤ ਜ਼ਿਆਦਾ ਵਧੀਆ। ਜੇਕਰ ਤੁਸੀਂ ਕੀਤਾ 70,000 ਰੁਪਏ ਦਾ ਲੱਗ ਚੁੱਕਿਆ। ਹਾਂਜੀ ਹਾਂਜੀ ਜੀ। ਅਤੇ 7,000 ਆਪਣੀ ਖਰੀਦ ਹੈ ਜੀ, 60,000 ਰੁਪਇਆ ਦਾ ਤੁਸੀਂ ਇਹ ਖਰੀਦਿਆ? ਹਾਂਜੀ, ਆਪਣੀ ਖਰੀਦ ਹੈ ਜੀ। ਲਓ ਜੀ ਕਬੂਤਰ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਜ਼ੂਮ ਕਰਕੇ ਦਿਖਾ ਦਿਓ ਜੀ, 70,000 ਵਾਲਾ ਕਬੂਤਰ ਪ੍ਰੋਪਰ ਆਂਡੇ 'ਤੇ ਵਧੀਆ। ਹਾਂਜੀ, ਬੱਚੇ ਬਣ ਰਹੇ ਆ ਜੀ, ਬੱਚਾ ਪਿਛਲੇ ਸਾਲ ਇਹਦੇ ਬੱਚੇ ਨਹੀਂ ਕਢਾਏ, ਇਹਦੀ ਰਸੋਲੀ ਆ ਗਈ ਜੀ ਜੀ। ਅਤੇ ਭਾਅ ਜੀ ਨੂੰ ਕਿਹਾ ਵੀ ਭਾਅ ਜੀ ਇਹਦਾ ਇਲਾਜ ਕਰਨਾ ਜੀ। ਹਾਂਜੀ, ਇਹ ਜਿਹੜਾ ਇਲਾਜ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਜਿਹੜੇ ਉਹ ਹਾਂਜੀ ਹਾਂਜੀ ਬਜ਼ੁਰਗ ਆਦਮੀ ਹੈ, ਬਜ਼ੁਰਗ ਆਦਮੀ ਹੈ ਤਲਵੰਡੀ ਮਾਨਸਾ ਕੋਲ, ਉਹਨਾਂ ਦਾ ਜ਼ਿਕਰ ਆਪਾਂ ਦਿੱਤਾ। ਮੈਨੂੰ ਲੱਗਦਾ, ਉਮੀਦ ਹੈ ਉਹਨਾਂ ਦੀ ਵੀਡੀਓ ਵੀ ਮੈਂ ਸ਼ੇਅਰ ਕੀਤੀ ਸੀ, ਉਹਨਾਂ ਤੋਂ ਸ਼ਾਇਦ ਇਹਨਾਂ ਨੂੰ ਆਰਾਮ ਮਿਲ ਸਕੇ। ਹਾਂ ਨਹੀਂ, ਉਹਨਾਂ ਕੋਲ ਲੈ ਜਾਣਾ ਜੀ ਸ਼ਾਇਦ ਇਹਨੂੰ, ਭਾਅ ਜੀ ਨਾਲ ਇੱਕ ਦੋ ਦਿਨ ਗੱਲ ਕਰਕੇ। ਅਤੇ ਇਹਦੀ ਤਾਂ ਕਰਕੇ ਇਹਨੂੰ ਪਾਇਆ ਨਹੀਂ ਜੋੜੇ 'ਚ, ਹੁਣ ਜੀ 7-8 ਮਹੀਨੇ ਹੋ ਗਏ ਪਾਇਆ ਸੀਗਾ, ਫਿਰ ਇਹਨੇ ਮਹੀਨਾ ਖਾਣਾ ਨਹੀਂ। ਹਾਂਜੀ ਹਾਂਜੀ, ਅਤੇ ਤਾਂ ਕਰਕੇ ਜੋ ਕਿ ਬਾਈ ਜੀ ਰਾਜ ਦੇ ਬਹੁਤ ਨਜ਼ਦੀਕੀ। ਸਭ ਤੋਂ ਪਹਿਲਾਂ ਆਪਾਂ ਨਾਮ ਲਵਾਂਗੇ ਬਾਈ ਜੀ, ਇੱਧਰ ਆਉਣਗੇ ਸੋਨੀ ਬ੍ਰਹਮਪੁਰ ਬਾਈ ਜੀ, ਜੋ ਕਿਲਾ ਰਾਏਪੁਰ ਕਲੱਬ ਦੇ ਮੈਂਬਰ ਵੀ ਆ, ਜੋ ਬਾਈ ਜੀ ਬਾਜੀ ਕਰਾਉਣ ਜਾ ਰਹੇ ਆ ਇੱਥੇ ਬਾਈ ਜੀ ਰਾਜ, ਉਹਨਾਂ ਦੀ ਵੀ ਜਿਹੜੀ ਹੈ ਜ਼ਿੰਮੇਵਾਰੀ ਦੀ ਕਾਪੀ ਦੀ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਬਾਈ ਜੀ ਨੂੰ ਦਿੱਤੀ ਗਈ ਆ। ਅਤੇ ਉਮੀਦ ਕਰਦੇ ਹਾਂ ਕਿ ਬਾਈ ਜੀ ਨੇ ਜਿੱਥੇ ਜਿੱਥੇ ਵੀ ਕਾਪੀ ਫੜੀ ਹੈ, ਇਨਸਾਫ ਬਹੁਤ ਵਧੀਆ ਹੋਇਆ ਜੀ, ਤਾਂ ਮੁਬਾਰਕਬਾਦ ਨਹੀਂ ਇਸ ਗੱਲ ਦੀ। ਅੱਜ ਤੱਕ ਜੋ ਵੀ ਤੁਸੀਂ ਇਨਸਾਫ ਕਰਾਇਆ ਬਹੁਤ ਵਧੀਆ ਕਰਾਇਆ, ਬਹੁਤ ਵੱਡਾ ਨਾਂ ਹੈ ਜੀ ਬਾਈ ਜੀ ਸੋਨੀ ਬ੍ਰਹਮਪੁਰਾ। ਦੂਜੇ ਨੰਬਰ 'ਤੇ ਪਹੁੰਚੇ ਆ ਆਪਣੇ ਸੁੱਖਾ ਚੰਡੀਗੜੀਆ, ਕਾਫੀ ਮੁੱਲਾਂ ਦਾ ਮੱਝਾਂ ਦਾ ਘਿਓ ਘਿਓ ਖਾ ਕੇ ਮੋਟਾ ਹੋ ਗਿਆ ਵੀਰ। ਸਤਿ ਸ਼੍ਰੀ ਅਕਾਲ ਜੀ। ਅਤੇ ਨਾਲ ਹੀ ਇਹਨਾਂ ਦੇ ਵੀਰ ਨਾਂ ਨਹੀਂ ਜਾਣਦਾ, ਭੰਸਾ ਬਾਈ ਜੀ ਖੁੱਡਾ ਲਾਹੌਰਾ, ਠੀਕ ਹੈ, ਇਹਦੇ ਗੁਆਂਢੀ ਆ ਬਾਈ ਜੀ ਚੰਡੀਗੜ੍ਹ ਦੇ ਸੁੱਖੇ ਦੇ। ਇਹ ਨਾਲ ਵੀਰ ਜੀ ਆਪਣੇ ਆਸ਼ੂ ਕਿਲਾ ਰਾਏਪੁਰ, ਇਹ ਵੀਰ ਨੂੰ ਪਹਿਲੀ ਵਾਰੀ ਮੌਕਾ ਮਿਲਿਆ, ਆਪਣਾ ਰਿਸ਼ਤੇਦਾਰ ਵੀ ਹੈ ਵੀਰ ਆਸ਼ੂ ਕਿਲਾ ਰਾਏਪੁਰ। ਸ਼ਾਰਟ ਖਾ ਗਿਆ ਭਰਾ, ਕਦੇ ਵੀ ਰਿਸ਼ਤੇਦਾਰੀ ਕਹਿੰਦੀ ਯਾਰ ਗਲਤ ਨਾ ਹੋ ਜਾਏ, ਪਰ ਮੈਂ ਜਾਣਦਾ ਸੀਗਾ ਵੀ ਆਪਣੇ ਜਿਹੜੇ ਮਨਦੀਪ ਹੋਰੀ ਆ ਨਾ ਬਾਈ, ਹਾਂਜੀ ਹਾਂਜੀ ਹਾਂਜੀ, ਮੇਰਾ ਜਿਹੜਾ ਛੋਟਾ ਬ੍ਰਦਰ ਹੈ ਹਾਂਜੀ ਸੁਖਵਿੰਦਰ, ਹਾਂਜੀ ਵਿਆਹ ਹੈ ਉਹ, ਠੀਕ ਹੈ ਜੀ ਠੀਕ ਹੈ ਜੀ, ਬਾਪਾ ਦਾ ਜਨਮ ਠੀਕ ਹੈ ਬਾਪਾ, ਪਹਿਲੀ ਵਾਰ ਮਿਲੇ ਹਾਂ ਬਾਈ। ਇੱਕ ਆਪਣੇ ਆ ਗਏ ਜੀ ਸ਼ੇਖਰ ਮੌਲੀ, ਸ਼ੇਖਰ ਮੌਲੀ ਜੀ। ਲਓ ਜੀ ਬਾਈ ਜੀ ਟੀ2 ਕੋਟ ਮੰਨਾ, ਅਤੇ ਉਹਨਾਂ ਦੇ ਆਪਣੇ ਸ਼ਗਿਰਦ ਤੋਂ, ਉਹਨਾਂ ਦੇ ਸ਼ਗਿਰਦ ਇੱਕ ਵੀਰ ਹੋਰ ਆਇਆ, ਕੀ ਨਾਂ ਜੀ? ਹੈਪੀ ਤਨਾ, ਹੈਪੀ ਤਨਾ ਤਨਾ ਭੋਲੀ ਭੋਲੂ ਸਿਓੜਾ, ਠੀਕ ਹੈ ਜੀ, ਉਹਨਾਂ ਦੇ ਚੇਲਿਆ ਜੀ। ਅਤੇ ਬਾਈ ਜੀ ਹੋਰ ਸੁੱਖੇ ਵੀਰ ਦੇ ਦੋਸਤ ਹੈ, ਅਤੇ ਦੋ ਸ਼ਬਦ ਜ਼ਰੂਰ ਕਹੋ ਜੀ ਤੁਸੀਂ ਆ ਕੇ ਆਪਣੇ ਬਾਈ ਜੀ ਸੋਨੀ ਨੂੰ, ਸੋਨੀ ਮੇਰਾ ਵੀਰ ਜੀ, ਅਤੇ ਬਾਈ ਜੀ ਸਾਰੀ ਟੀਮ ਇਕੱਠੀ ਖਾਸ ਵਿਸ਼ੇਸ਼ ਸਨਮਾਨਿਤ ਕਹਿ ਦਿੰਦੇ ਨੇ ਲੋਕ ਜੀ। ਬਾਈ ਜੀ ਮੇਰਾ ਵੀਰ
ਮੇਰਾ ਉਸਤਾਦ ਲਾ ਲਓ, ਭਰਾ ਲਾ ਲਓ, ਜਿੰਦ ਜਾਨ ਲਾ ਲਓ, ਬਈ ਇਹ ਤਾਂ ਇਹਨਾਂ ਨੂੰ ਅਸੀਂ ਬਹੁਤ ਮੰਨਦੇ ਹਾਂ, ਚਾਹੇ ਆਪਾਂ ਪੰਜ ਚਾਰ ਵਾਰੀ ਮਿਲੇ ਇਹਨਾਂ ਨੂੰ, ਪਰ ਜੀ ਇਹਨਾਂ ਦੀ ਜਿਹੜੀ ਛਵੀ ਆਪਣੇ ਦਿਲ 'ਚ ਹੈ ਔਰ ਬਹੁਤ ਜ਼ਿਆਦਾ ਵੱਡੀ ਛਵੀ ਆ ਜਿਹੜੀ ਆਉਂਦੀ ਵੀ ਨਹੀਂ ਹੈਗੀ ਦਿਲ 'ਚ, ਅਤੇ ਇਹਨਾਂ ਦਾ ਵਿਸ਼ੇਸ਼ ਮਾਨਤ ਹੋਣਾ ਜੀ ਆਪਣੇ ਕਲੱਬ 'ਚ 1 ਜੂਨ ਨੂੰ ਜਿੱਦਣ ਵੀ ਮੈਚ ਹੋਣਾ ਜੀ, ਬਾਕੀ ਇਹਨਾਂ ਦੇ ਸਾਰੇ ਗਰੁੱਪ ਦਾ ਪੂਰੇ ਕਿਲਾ ਰਾਏਪੁਰ ਕ੍ਰਿਕਟ ਕਲੱਬ ਦਾ ਮੇਰੇ ਵੱਲੋਂ ਹੱਥ ਜੋੜ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਮੈਂ ਬੇਨਤੀ ਕਰਦਾ ਵੀ ਜਿਵੇਂ ਇਹਨਾਂ ਦਾ ਕਲੱਬ ਬਹੁਤ ਜ਼ਿਆਦਾ ਵਧੀਆ ਨਾਮ ਹੈ ਔਰ ਵਧੀਆ ਤਰੀਕੇ ਨਾਲ ਉਹਨੂੰ ਔਰਗਨਾਈਜ਼ ਕਰਦੇ ਨੇ ਔਰ ਇੱਕ ਰਿਜ਼ਲਟ ਵੀ ਵਧੀਆ ਦਿੰਦੇ ਨੇ ਜੀ, ਲੋਕਾਂ ਨਾਲ ਕਿਸੇ ਨਾਲ ਬੇਈਮਾਨਾ ਨਹੀਂ, ਕਿਸੇ ਨਾਲ ਕੁਛ ਨਹੀਂ, ਤਾਂ ਹੀ ਕਰਕੇ ਭਾਅ ਜੀ ਨੂੰ ਬੁਲਾਇਆ ਵੀ ਸਾਡੇ ਕਲੱਬ 'ਚ ਵੀ ਤੁਸੀਂ ਥੋੜ੍ਹੇ ਜਿਹੇ ਆਪਣੇ ਗੁਣ ਛੱਡੋ ਤਾਂ ਕਿ ਅਸੀਂ ਵੀ ਤੁਹਾਡੇ ਕੋਲੋਂ ਕੁਛ ਸਿੱਖ ਸਕੀਏ, ਦੇਖ ਸਕੀਏ ਔਰ ਤੁਸੀਂ ਸਾਡਾ ਫੈਸਲਾ ਤੁਸੀਂ ਕਰ ਲਾ, ਇਸ ਕਰਕੇ ਸੋਨੀ ਭਾਅ ਜੀ ਨੂੰ ਬੁਲਾਇਆ ਜੀ। ਮੈਂ ਕਿਹਾ ਵੀਰ ਮੇਰਾ ਆਓ ਪਲੀਜ਼ ਇੱਕ ਵਾਰੀ ਦਰਸ਼ਨ ਦਿਓ, ਔਰ ਮੈਂ ਇਹਨਾਂ ਦਾ ਸ਼ੁਕਰ ਗੁਜ਼ਾਰ ਹਾਂ ਜਿਹੜੇ ਲੁਧਿਆਣੇ ਤੋਂ ਚੱਲ ਕੇ ਇੱਥੇ ਆਏ ਪਹੁੰਚੇ ਔਰ ਸਾਡੇ ਨਾਲ ਅੱਜ ਗੱਲਾਂ ਬਾਤਾਂ ਕਰ ਰਹੇ ਨੇ ਜਾਂ ਬੈਠੇ ਖੜ੍ਹੇ ਨੇ। ਮੈਂ ਕਹਾਂਗਾ ਸੋਨੀ ਭਾਅ ਜੀ ਨੂੰ ਕੁਛ ਵੀ ਜੋ ਕੁਛ ਵੀ, ਇੱਕ ਤਾਂ ਖਿਡਾਰੀ ਵੀਰਾਂ ਲਈ ਕੋਈ ਸੰਦੇਸ਼? ਸੰਦੇਸ਼ ਤਾਂ ਜੀ ਇਹੀ ਆ ਵੀ ਦੇਖੋ ਜੇ ਬਾਜ਼ੀਆਂ ਵਧੀਆ ਹੋਣਗੀਆਂ ਖਿਡਾਰੀਆਂ ਦਾ ਸਹਿਯੋਗ ਤਾਂ ਵਧੀਆ ਹੋਣਗੀਆਂ, ਜੇ ਕੋਈ ਬੈਠੇ ਨੂੰ ਬੈਠਾ ਮੰਨੂ ਨਹੀਂ ਕਬੂਤਰ ਫਿਰ ਬਾਜ਼ੀ ਕਿਵੇਂ ਵਧੀਆ ਹੋਣੀ ਹੈ? ਬਿਲਕੁਲ ਸੰਦੇਸ਼ ਤਾਂ ਇਹੀ ਆ ਵੀ ਜੇ ਬਾਜ਼ੀਆਂ ਹੁਣ ਦੇਖੋ ਕਿੰਨਾ ਵੀਰ ਨੇ ਖਰਚਾ ਕਰਨਾ, ਠੀਕ ਆ, ਇਹਦਾ ਕਿੱਡਾ ਰੁਪਈਆ ਇਹਨਾਂ ਦਾ ਖਰਚ ਹੋਣਾ ਵਾ, ਜੇ ਹੁਣ ਗਾਹਕ ਖਿਡਾਰੀ ਆ ਕੇ ਇੱਥੇ ਗੰਦ ਪਾਉਣ ਰੌਲਾ ਪਾਉਣ ਇਹਦੇ ਮਨ 'ਤੇ ਕੀ ਜਾਊ, ਇਹਨੇ ਕਿਹੜਾ ਬਾਜ਼ੀ ਗਾਹਾਂ ਨੂੰ ਕਰਾਉਣੀ ਹੈ ਫਿਰ? ਬਿਲਕੁਲ ਆਪਣਾ ਤਾਂ ਇਹੀ ਆ ਵੀ ਬਾਜ਼ੀ ਸਾਰੇ ਰਲ ਮਿਲ ਕੇ ਕਰਾਉਣ, ਕਾਪੀ ਵਾਲੇ ਦੇ ਹੱਥ ਵਾਸ ਕੁਛ ਨਹੀਂ ਹੁੰਦਾ, ਜੇ ਕਬੂਤਰਾਂ ਵਾਲੇ ਸਹਿਯੋਗ ਦੇਣਗੇ ਤਾਂ ਬਾਜ਼ੀ ਵਧੀਆ ਹੋਣੀ ਹੈ, ਮੇਨ ਗੱਲ ਤਾਂ ਇਹੀ ਆ। ਬਾਕੀ ਜਦੋਂ ਰੌਲਾ ਪਊਗਾ ਫਿਰ ਬਾਜ਼ੀ ਅਗਲੀ ਵਾਰੀ ਅਗਲੇ ਨੇ ਕਰਾਉਣੀ ਨਹੀਂ, ਆਪਣਾ ਤਾਂ ਸਿਰਫ ਇੰਨਾ ਹੀ ਕਹਿਣ ਦਾ ਵੀ ਸਾਰੇ ਬੰਦੇ ਹਾਰ ਨੂੰ ਹਾਰ ਮੰਨਣ, ਜਿੱਤਣਾ ਜਿਹਨੇ ਦੇਖੋ 100 ਕਬੂਤਰ ਉੱਡੂਗਾ ਉਹ ਤਾਂ ਇੱਕ ਨੇ 99 ਨੇ ਤਾਂ ਹਰਨਾ ਹੀ ਹਰਨਾ, ਜੀਪ ਤਾਂ ਇੱਕ ਨੇ ਹੀ ਜਿੱਤਣੀ ਹੈ ਨਹੀਂ? ਬਿਲਕੁਲ ਜੀ, ਠੀਕ ਆ। ਫਿਰ ਰੌਲਾ ਪਾ ਕੇ ਕੀ ਫਾਇਦਾ ਵਾ, ਵੀ ਆਪਣਾ ਸਹਿਯੋਗ ਦੇਣ ਕਾਪੀ ਵਾਲੇ ਦਾ ਬਾਜੀ ਵਧੀਆ ਹੋਵੇ ਅਤੇ ਲੋਕਾਂ ਨੂੰ ਬੈਠਿਆਂ ਨੂੰ ਪਿੰਡ ਵਾਲਿਆਂ ਨੂੰ ਵੀ ਵਧੀਆ ਲੱਗੇ ਵੀ ਕੋਈ ਰੌਲਾ ਨਹੀਂ ਗੋਲਾ ਨਹੀਂ, ਨਹੀਂ ਹੁਣ ਆਪਣੇ ਤਾਂ ਇਹੀ ਹਾਲ ਹੁੰਦਾ ਵੀ ਰੌਲਾ ਪਾਈ ਜਾਂਦੇ ਨੇ ਪਿੰਡ ਵਾਲੇ ਫਿਰ ਵਿਰੋਧ ਕਰਨ ਲੱਗ ਜਾਂਦੇ ਨੇ। ਬਸ ਇਹੀ ਆ ਵੀ ਬਾਜੀ ਭਾਈ ਸਹਿਯੋਗ ਨਾਲ ਹੀ ਕਰਾਇਓ ਸਾਰੇ ਜਣੇ ਬੰਦੇ ਪਿੰਡ ਦਾ ਸਹਿਯੋਗ, ਉਹ ਫਿਰ ਬਾਜੀ ਵਧੀਆ ਹੋ ਜਾਣੀ ਹੈ, ਠੀਕ ਹੈ ਜੀ। ਬਾਕੀ ਖਿਡਾਰੀ ਤਾਂ ਉਹੀ ਹੈ ਜਿਹੜਾ ਹਾਰ ਨੂੰ ਮੰਨਦਾ, ਜਿਹੜਾ ਕਹੇ ਮੈਂ ਜਿੱਤਣੀ ਆਇਆ ਉਹ ਖਿਡਾਰੀ ਨਹੀਂ ਹੈਗਾ, ਮੇਨ ਗੱਲ ਤਾਂ ਆਪਣੀ ਇੰਨੀ ਹੈ ਵੀ ਹਾਰ ਬਰਦਾਸ਼ਤ ਕਰੋ ਅਤੇ ਰੌਲਾ ਨਾ ਪਾਓ, ਬਾਜੀ ਨੂੰ ਆਪ ਹੀ ਵਧੀਆ ਬਣਾਓ, ਕਾਪੀ ਵਾਲਾ ਦੇ ਕਿਹੜਾ ਮਤਲਬ ਸਾਰੇ ਪਾਸੇ ਉਹਨੂੰ ਨਿਗਾਹ ਹੁੰਦੀ ਹੈ ਵੀ ਉਹ ਉੱਥੇ ਬਹਿ ਗਿਆ, ਇੱਕ ਕਬੂਤਰ ਕੰਨੀ ਨਿਗਾਹ ਰੱਖ ਲੂ, ਇੱਧਰ ਬਹਿੰਦਾ ਉਹਦੇ ਕੰਨੀ ਤਾਂ ਖਿਡਾਰੀ ਇੰਨੀ ਨਿਗਾਹ ਰੱਖਣੀ ਹੈ ਨਾ, ਉਹਨਾਂ ਨੇ ਕਟਾਉਣਾ ਕਹਿ ਕੇ, ਬਸ ਵੀ ਸਹਿਯੋਗ ਹੋਵੇ ਵਧੀਆ ਬਾਜੀ ਕਰਾਵਾਂਗੇ, ਕੋਸ਼ਿਸ਼ ਆਪਣੀ ਹੁੰਦੀ ਹੈ। ਬਾਕੀ ਦੇਖੋ ਜੀ ਕੋਈ ਗਲਤੀ ਆਪਾਂ ਰੱਬ ਤਾਂ ਹੈ ਨਹੀਂ, ਗਲਤੀ ਹਰੇਕ ਇਨਸਾਨ ਤੋਂ ਹੋ ਜਾਂਦੀ ਹੈ, ਠੀਕ ਆ, ਵੀ ਕੋਸ਼ਿਸ਼ ਫੁੱਲ ਹੁੰਦੀ ਹੈ ਵੀ 100 ਦਾ 100 ਰਿਜ਼ਲਟ ਆਵੇ, ਫਿਰ ਵੀ ਵਿੱਚ ਬੰਦਿਆਂ ਨੂੰ ਚੰਗਾ ਲੱਗਦਾ, ਕਈ ਆਪਾਂ ਨੂੰ ਚੰਗਾ ਵੀ ਕਹਿੰਦੇ ਨੇ, ਕਈ ਮਾੜਾ ਵੀ ਕਹਿੰਦੇ ਨੇ, ਕੋਈ ਚੱਕਰ ਨਹੀਂ। ਫਿਰ ਆਪਾਂ ਆਪਦੇ ਕੰਨਿਓ ਕਦੇ ਉਹ ਨਹੀਂ ਕੀਤਾ ਵੀ ਕਿਸੇ ਨਾਲ ਧੱਕਾ ਹੋ ਜੇ ਜਾਂ ਕਿਸੇ ਦਾ ਆਪਾਂ ਸਾਥ ਦਈਏ ਵੀ ਤੇਰਾ ਟਾਈਮ ਨਹੀਂ ਲੇਟ ਲਾਵਾਂਗੇ, ਮਤਲਬ ਹੀ ਨਹੀਂ, ਕਦੇ ਵੀ ਨਹੀਂ, ਜ਼ਿੰਦਗੀ ਵਿੱਚ ਨਹੀਂ ਹੋਇਆ ਨਾ ਹੋਊਗਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ਬਦ ਜੋ ਖਿਡਾਰੀ ਵੀਰਾਂ ਲਈ ਕਹੇ ਹੈ ਬਹੁਤ ਵਧੀਆ ਲੱਗਿਆ ਜੀ ਸਾਨੂੰ, ਅਤੇ ਆਓ ਕੁਛ ਕਬੂਤਰ ਹੋਰ ਵੀਰ ਦੇ ਰਹਿੰਦੇ ਹੋ ਦੇਖਦੇ ਹਾਂ ਆਪਾਂ, ਆਓ ਥੋੜ੍ਹੀ ਜਿਹੀ ਇੱਕ ਐਂਡ 'ਤੇ ਅਸੀਂ ਹਰ ਇੱਕ ਖਿਡਾਰੀ ਤੋਂ ਜਿਹੜੇ ਕਿ ਛੋਟੇ ਖਿਡਾਰੀ ਹੈ ਜਿਵੇਂ ਕਿ ਬਾਜ਼ੀਆਂ ਮਹਿੰਗੀਆਂ ਹੋ ਗਈਆਂ, ਹਾਂਜੀ, ਉਹਨਾਂ ਲਈ ਇੱਕ ਸਵਾਲ ਉਹਨਾਂ ਨੇ ਕਿਹਾ ਵੀ ਜ਼ਰੂਰ ਪੁੱਛੋ, ਉਸ ਸਵਾਲ ਦਾ ਕੋਈ ਜਵਾਬ ਤੁਸੀਂ ਮਾੜਾ ਮੋਟਾ ਦੇਣਾ ਚਾਹੋ, ਜੋ ਕਿ ਛੋਟੇ ਖਿਡਾਰੀ ਵੀਰ ਆ ਪੈਸੇ ਇੰਨੇ ਨਹੀਂ ਭਰ ਸਕਦੇ ਜਾਂ ਰੋਟੀ ਦੇ ਪੈਸੇ ਵੱਧ ਲੈ ਰਹੇ ਆ ਲੋਕ, ਉਹਦੇ ਬਾਰੇ ਛੋਟਾ ਜਿਹਾ, ਕਿਉਂਕਿ ਅੱਜ ਵੀਰ ਨੇ ਵੀ ਇੱਕ ਸੰਦੇਸ਼ ਦਿੱਤਾ ਸੀ, ਐਂਡ 'ਤੇ ਅਸੀਂ ਜ਼ਰੂਰ ਪਾਇਆ ਕਰਾਂਗੇ ਤੁਹਾਡਾ ਵਿਚਾਰ ਅਲੱਗ ਅਲੱਗ, ਛੋਟਾ ਜਿਹਾ ਕੋਈ ਵਿਚਾਰ ਕਬੂਤਰਬਾਜ਼ੀ ਬਾਰੇ। ਨਹੀਂ ਅਸੀਂ ਨਾ ਇਹ ਤਾਂ ਹੁਣ ਵੈਸੇ ਉਹਨਾਂ ਦੀ ਇੱਕ ਉਹਨਾਂ ਦੇ ਦਿਲ ਨੂੰ ਵਹਿਮ ਆ ਜੀ, ਵੀ ਜੇ ਹੁਣ ਇੱਥੇ ਰਾਜ ਨੇ ਇੱਕ ਬਾਜ਼ੀ ਕਰਾਈ ਆ, ਇਕੱਲੀ ਇਹ ਬਾਜ਼ੀ ਤਾਂ ਨਹੀਂ ਹੋਣੀ ਹਰਿਆਣੇ 'ਚ, ਬਿਲਕੁਲ ਤਕਰੀਬਨ ਮਈ ਦੇ ਮਹੀਨੇ ਦੇ ਵਿੱਚ ਇੱਕ ਦਿਨ 'ਚ 100 ਤੋਂ 150 ਬਾਜ਼ੀ ਹੁੰਦੀ ਆ ਪੂਰੇ ਪੰਜਾਬ ਦੇ ਵਿੱਚ, ਸਾਰੀਆਂ ਬਾਜ਼ੀਆਂ ਦੀ ਨਾ ਤਾਂ 11,000 ਐਂਟਰੀ ਹੁੰਦੀ ਆ ਨਾ 7,500 ਐਂਟਰੀ ਹੁੰਦੀ ਹੈ, ਕਿਤੇ 2100 ਵੀ ਹੁੰਦੀ ਆ, 1100 ਵੀ ਹੁੰਦੀ ਆ, 1700 ਵੀ ਹੁੰਦੀ ਆ। ਹੁਣ ਅਸੀਂ 6 ਬਾਜ਼ੀਆਂ ਆਪਾਂ ਕਰਾਉਣੀਆਂ ਨੇ ਭਿੰਦਰ ਵਿੱਚ ਆਪਦੇ ਪਿੰਡ ਦੇ ਆਲੇ ਦੁਆਲੇ, ਵੱਡੇ ਪਿੰਡ ਨੇ, 1700 ਐਂਟਰੀ, ਕਿਸੇ ਤੋਂ ਐਂਟਰੀ ਨਹੀਂ ਫੜੀ, ਤਕਰੀਬਨ 6 ਦੀ ਮੋਟਰਸਾਈਕਲ ਦੇਣੇ ਆ, ਨਾ ਵਿੱਚੋਂ ਦੇਣੇ, ਸਾਰੇ ਆਪਦੇ ਕੋਲੋਂ ਨਾਮ ਦੇਣਾ ਅਤੇ ਨਾ ਕਿਸੇ ਤੋਂ ਰੁਪਈਆ ਫੜਿਆ, ਜਿੱਦਣੇ ਆਊਗਾ ਬੰਦਾ ਉੱਧਰੇ ਪੈਸੇ ਦਊ, ਉੱਧਰੇ ਆਪਦਾ ਕਬੂਤਰ ਛੱਡ ਦਊ, ਉਹਦੇ ਕੋਲ ਕਬੂਤਰ ਨਹੀਂ ਵੀ ਹੈਗਾ ਉਹਨੂੰ ਐਂਟਰੀ ਵੀ ਮਾਫ਼ ਆ, ਵੀ ਨਹੀਂ ਛੱਡਿਆ ਤਾਂ ਨਾ ਛੱਡ ਕੋਈ ਗੱਲ,
ਜੇ ਉੱਲੇ ਤੇ ਨਹੀਂ ਉੱਡਦਾ ਉਹਨੂੰ ਵੀ ਐਂਟਰੀ ਮਾਫ ਆ ਵੀ ਤੇਰੇ ਤੋਂ ਐਂਟਰੀ ਨਹੀਂ ਲੈਣੀ ਜਦੋਂ ਕਬੂਤਰ ਹੀ ਨਹੀਂ ਅਗਲੇ ਦਾ ਉੱਡਿਆ ਉਹਦਾ ਐਂਟਰੀ ਕਾਹਦੇ ਲਈ ਲੈਣੀ ਆ ਬਈ ਆਪਾਂ ਬਿਲਕੁਲ ਠੀਕ ਆ ਉੱਡੇ ਕਬੂਤਰ ਨੂੰ ਜਿੱਤਣਾ ਆਪਾਂ ਬੈਠੇ ਤੋਂ ਕਾਹਦਾ ਲੈਣਾ ਹੁਣ ਉਹ ਛੇ ਵਾਰੀਆਂ ਅਸੀਂ ਉਹ ਇਸੇ ਲਈ ਕਰਾਈਆਂ ਨੇ ਜਿਹੜੇ ਆਪਣੇ ਲੋਕਲ ਪਿੰਡਾਂ ਵਾਲੇ ਖਿਡਾਰੀ ਨੇ ਉਹਨਾਂ ਦਾ ਸ਼ੌਂਕ ਵਧਾਉਣ ਲਈ ਛੇ ਵਾਰੀਆਂ ਮੇਰੇ ਪਿੰਡ ਦੇ ਆਲੇ ਦੁਆਲੇ ਹੋਣਗੀਆਂ ਪੂਰੀਆਂ ਟੋਪ ਦੀਆਂ ਜਿਵੇਂ ਆਸੂ ਵੀਰ ਇਹਨਾਂ ਤੋਂ ਸਾਰਿਆਂ ਤੋਂ ਨਾਮ ਦਵਾ ਦੇਣੇ ਆ ਮੋਟਰਸਾਈਕਲ ਕਰਾ ਦਈਏ ਫਰਿੱਜਾਂ ਕਰਾ ਦਈਏ ਕੁਛ ਵੀ ਕਰਾ ਦਈਏ ਜਾਣੀ ਕਿ ਤਕਰੀਬਨ ਛੇ ਦੇ ਛੇ ਮੋਟਰਸਾਈਕਲ ਹੀ ਦੇਵਾਂਗੇ ਹੁਣ ਉਹ ਵੀ ਉਹਨਾਂ ਲਈ ਵੀ ਹੈ ਨਾ ਕਹਿਣ ਦਾ ਭਾਵ ਬਾਜੀ ਵਧੀਆ ਹਰੇਕ ਬੰਦਾ ਛੱਡਣੀ ਚਾਹੁੰਦਾ ਕਰਾਉਣ ਨੂੰ ਕੋਈ ਨਹੀਂ ਰਾਜੀ ਜੇ ਬੰਦਾ ਸਮਝੇ ਵੀ ਮੈਂ ਬਾਜੀਆਂ ਉੱਥੇ ਨਹੀਂ ਛੱਡਣੀਆਂ ਆਪ ਵਧੀਆ ਬਾਜੀਆਂ ਕਰਾਓ ਉੱਥੇ ਲੋਕ ਐਂਟਰੀਆਂ ਕਰਾਉਣ ਲੱਗ ਜਾਣਗੇ ਛੋਟੀ ਐਂਟਰੀ ਰੱਖ ਲਓ ਹੁਣ ਜਿਵੇਂ ਮੰਨ ਲਓ ਕਿਲਾ ਰਹਿ ਪਾ ਅਸੀਂ 11,000 ਐਂਟਰੀ ਰੱਖਦੇ ਹਾਂ ਸਾਨੂੰ ਪਤਾ ਵੀ ਅਸੀਂ ਕਿਵੇਂ ਲੋਕਾਂ ਨੂੰ ਮੋੜਦੇ ਹਾਂ ਜੇ ਉੱਥੇ 5,000 ਜਾਂ 3,000 ਰੁਪਇਆ ਐਂਟਰੀ ਰੱਖ ਲਈ ਉੱਥੇ 300 ਕਬੂਤਰ ਹੋ ਜੂ ਕਿਹੜਾ ਸਾਂਭੂ 171 ਕਬੂਤਰ ਸੀ ਐਕਤੀ ਸਾਨੂੰ ਪਤਾ ਵੀ ਉਹ ਬਾਜੀ ਕਿਵੇਂ ਸਿਰੇ ਚੜ੍ਹੀ ਆ ਅਤੇ ਸਾਨੂੰ ਆਪ ਖੁਦ ਨੂੰ ਵੀ ਉਹ ਬਾਜੀ ਦਾ ਕੋਈ ਸਵਾਦ ਨਹੀਂ ਆਇਆ ਅਸੀਂ ਆਪਦੇ ਮੂੰਹੋਂ ਕਹਿਣਾ ਜਦਕਿ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ ਕੁਛ ਨਹੀਂ ਹੋਇਆ ਪਰ ਰੌਲਾ ਤਾਂ ਆ ਵੀ ਜਿੰਨੇ ਜਦੋਂ ਵਧਣਗੇ ਕੋਈ ਬਾਜੀ ਵਧੀਆ ਵਾ ਉਹਦਾ ਨਾਮ ਵੱਧ ਐਂਟਰੀ ਵੱਧ ਰੱਖ ਕੇ ਕਬੂਤਰ ਕੰਟਰੋਲ ਦੇ ਕਰਨੇ ਪੈਣਗੇ ਸਾਨੂੰ ਆਹ ਮੇਨ ਕਾਰਨ ਆ ਬਾਕੀ ਤਾਂ ਐਵੇਂ ਵਹਿਮ ਆ ਲੋਕਾਂ ਨੂੰ ਹੁਣ 1700 ਆਪਾਂ ਐਂਟਰੀ ਕਰਾਉਣੀਆਂ ਬਾਜੀਆਂ 6 ਬਾਜੀਆਂ ਅਤੇ ਐਂਟਰੀ ਫੜੀ ਨਹੀਂ ਕਿਸੇ ਤੋਂ ਮੌਕੇ 'ਤੇ ਫੜਨੀਆਂ ਜੇ ਨਹੀਂ ਕਬੂਤਰ ਤਾਂ ਨਾ ਚਾਹੀਦਾ ਐਂਟਰੀ ਵੀ ਨਹੀਂ ਲੈਣੀ ਹੋਰ ਹੁਣ ਦੱਸੋ ਆਪਾਂ ਵੀ ਕੀ ਕਰ ਸਕਦੇ ਹਾਂ ਬਿਲਕੁਲ ਵੀਰ ਜੀ ਨੇ ਬਹੁਤ ਵਧੀਆ ਗੱਲ ਕਹੀ ਹੈ ਹੈ ਨਾ ਐਸੇ ਚੀਜ਼ ਨੂੰ ਮੱਦੇ ਰੱਖਦੇ ਹੋਏ ਆਪਾਂ ਵੀ ਕੀ ਕੀਤਾ ਜੀ ਆਪਣੇ 3 ਮੈਚ ਟੋਟਲ ਨੇ ਇੱਕ ਮੈਚ ਅਸੀਂ 2,000 ਦਾ ਰੱਖਿਆ ਇੱਕ ਮੈਚ ਅਸੀਂ 3,500 ਦਾ ਰੱਖਿਆ ਉਹਨਾਂ 'ਚ ਤੁਸੀਂ ਆਪਣੀਆਂ ਐਂਟਰੀਆਂ ਉਹ ਐਂਟਰੀਆਂ ਹੋ ਚੁੱਕੀਆਂ ਨੇ ਜਦਕਿ ਅਸੀਂ 85 ਐਂਟਰੀਆਂ ਹੈਗੀਆਂ ਉਹਦਾ 'ਚ ਉਹ ਤਾਂ ਹੀ ਛੋਟੇ ਰੱਖੇ ਵੀ ਜੇ ਕੋਈ ਬੰਦਾ ਕਹਿੰਦਾ ਮੈਂ ਗਰੀਬ ਹਾਂ ਹੈ ਨਾ ਅਤੇ ਉਹ ਆਪਣੀ ਪਹਿਲੀ ਗੱਲ ਅੱਜ ਦੀ ਡੇਟ 'ਚ ਕੋਈ ਬੰਦਾ ਗਰੀਬ ਨਹੀਂ ਹੈ ਕਬੂਤਰਬਾਜ ਜਿੰਨੇ ਵੀ ਹੈਗੇ ਨੇ ਸਾਰਿਆਂ ਕੋਲ ਪੈਸਾ ਹੈਗਾ ਜੇ ਕਿਸੇ ਕੋਲ ਚੰਗੇ ਕਬੂਤਰ ਨੇ ਉਹ ਉਹਦੇ ਕਬੂਤਰ ਦੇ ਉੱਪਰ ਪੈਸਾ ਲਾਉਣ ਵਾਲੇ ਖੜੇ ਨੇ ਲੋਕੀ ਹੈਗੇ ਨੇ ਬਿਲਕੁਲ ਠੀਕ ਹੈ ਕਿ ਜੀ ਇਹ ਕਬੂਤਰ ਗਰੀਬ ਦੀ ਤਾਂ ਗੇਮ ਹੀ ਨਹੀਂ ਰਹੀ ਜੀ ਗਰੀਬ ਵਾਲੀ ਗੇਮੋ ਨਹੀਂ ਰਹੀ ਹੁਣ ਮੈਨੂੰ ਇੱਕ ਦੱਸੋ ਮੋਟਰਸਾਈਕਲ 40,000 ਦਾ ਵੀ ਆ ਜਾਂਦਾ ਮੋਟਰਸਾਈਕਲ 30,00,000 ਦਾ ਵੀ ਆਉਂਦਾ ਬਿਲਕੁਲ ਫਿਰ ਦੂਜੇ ਦੇ ਆਪਾਂ ਸ਼ੋਰੂਮ ਬਣ ਦਾਂਗੇ ਜਾ ਕੇ ਜੁੱਤੀ 200 ਦੀ ਵੀ ਆਉਂਦੀ ਹੈ ਜੁੱਤੀ 2,000 ਤੋਂ ਸਟਾਰਟ ਵੀ ਹੁੰਦੀ 8,000-10,000 ਪਤਾ ਨਹੀਂ ਕਿੱਥੇ ਤੱਕ ਚਲੀ ਜਾਂਦੀ ਹੈ ਉਹ ਨਹੀਂ ਰੌਲਾ ਜਿਹਨੂੰ ਜਿੱਥੇ ਲੋਟ ਲੱਗਦਾ ਉੱਥੇ ਇਹ ਨਹੀਂ ਕਹਿਣੀ ਵੀ ਜੀ ਸਾਡੇ ਕੋਲ ਹੁਣ 200 ਰੁਪਇਆ ਐਂਟਰੀ ਹੁੰਦੀ ਸੀ 20 ਰੁਪਏ ਦਿਹਾੜੀ ਹੁੰਦੀ ਸੀ ਉਦੋਂ ਉਹ ਦਿਹਾੜੀ ਵੀ 500 ਲੈਂਦਾ ਅਗਲਾ ਉਹ 500 ਗੱਲਾਂ ਕਵਰ ਕੀਤੀਆਂ ਨੇ ਕਦੇ ਕਦੇ 200 ਰੁਪਇਆ ਜੇ ਐਂਟਰੀ ਹੁੰਦੀ ਸੀ 20 ਰੁਪਏ ਦਿਹਾੜੀ ਹੁੰਦੀ ਸੀ ਬਿਲਕੁਲ ਤਾਂ ਹੀ ਕਰਕੇ ਫਿਰ ਉਹ ਜੇ ਹੁਣ ਚਲੋ ਐਂਟਰੀ ਸੌਂਕ ਆ ਆਪਾਂ ਨੂੰ ਇਹ ਤਾਂ ਨਹੀਂ ਵੀ ਆਪਾਂ ਇੱਥੇ ਹੀ ਪੰਗਾ ਲੈਣਾ ਵਾ ਬਿਲਕੁਲ ਕਿਉਂਕਿ ਜੇ ਵੀ ਹੁਣ ਰਾਜ ਵੀ ਨੇ 7,500 ਰੱਖੀ ਆ 150 ਕਬੂਤਰ ਹੋ ਗਿਆ ਹੁਣ ਅਸੀਂ ਸੱਦਿਆ ਸੀ ਆਪਾਂ ਫਿਰ ਅਸੀਂ ਤਾਂ 100 ਹੀ ਕੀਤਾ ਵੀ 100 ਹੀ ਕਰਨਾ ਹੁਣ 150 ਦਾ 200 ਹੋ ਜਾਵੇ ਫਿਰ ਇਹ ਕਿੱਥੋਂ ਆ ਗਏ ਬੰਦੇ ਇਹਨਾਂ ਨੂੰ ਕਿਹਨੇ ਚਿੱਠੀ ਪਾਤੀ ਸੀਗੀ ਰੌਲਾ ਉਹ ਨਹੀਂ ਰੌਲਾ ਇਹ ਨਹੀਂ ਹੈਗਾ ਕੋਈ ਵੀ ਵੱਧ ਐਂਟਰੀ ਘੱਟ ਐਂਟਰੀ ਵਾਲਾ ਤਾਂ ਕੋਈ ਨਹੀਂ ਉਹ ਤਾਂ ਐਵੇਂ ਇੱਕ ਬਸ ਉਹਨਾਂ ਨੇ ਉਹ ਬਣਾਇਆ ਹੋਇਆ ਹੋਊਗਾ ਇਹ ਕੋਈ ਜਦੋਂ ਕਿਸੇ ਦਾ ਕਬੂਤਰ ਉੱਡਦਾ ਵਧੀਆ ਰੁਪਈਏ ਜਿੱਤਦਾ ਉਹ ਵੀ ਉਹ ਘਰੇ ਹੀ ਲੈ ਕੇ ਜਾਂਦਾ ਰਾਹ 'ਚ ਵੰਡ ਜਾਂਦਾ ਨਾਲਦਿਆਂ ਨੂੰ ਦੇਖਦਾ ਵੀ ਆਹ ਗਰੀਬ ਇਹਦੀ ਮੈਂ ਐਂਟਰੀ ਭਰਦਾ ਔਰ ਆਪਣੇ ਮੇਰੇ ਖਿਆਲ ਭਾਜੀ ਨਾਲ ਕਲਾ ਵਾਲਾ ਹੀ ਰੂਲ ਹੈ ਜੀ ਜੇ ਘਰੋਂ ਦੀ ਚੀਜ਼ ਦੇਣ ਗਿਆ ਦੇ ਕੇ ਆ ਜਾਣੀ ਹੈ ਜੀ ਹਾਂਜੀ ਆਪਣੇ ਘਰੇ ਨਹੀਂ ਲੈਣੀ ਆਪਣੇ ਘਰੇ ਨਹੀਂ ਤੁਸੀਂ ਯਕੀਨ ਕਰੋ ਜੀ 7-8 ਸਾਲ ਹੋ ਗਏ ਸਾਡੀਆਂ ਬਾਜੀਆਂ ਅਸੀਂ ਆਪਦੀ ਆਪਦਾ ਹਿੱਸਾ ਨਹੀਂ ਲਿਆ ਅਜੇ ਤੱਕ ਬਾਈ ਦੇ ਵਿੱਚ ਕਦੇ ਵੀ ਹਿੱਸਾ ਸਾਡਾ ਆਪਦੀ ਬਾਈ ਸਾਡਾ ਕਬੂਤਰ ਨਹੀਂ ਉੱਡਿਆ ਅਜੇ ਤੱਕ 7-7 ਬਾਜੀਆਂ ਵੀ ਕਰਾਈਆਂ 7 'ਚ ਵੀ ਇੱਕ ਵਾਰੀ ਤਰੀਕੇ ਜ਼ਰੂਰ ਜਿੱਤੇ ਉਹ ਵੀ 2-3 ਮਿੰਟ ਰਹਿੰਦੇ ਹੀ ਆ ਗਈ ਉਹ ਬੰਟ ਗਈ ਕਬੂਤਰੀ ਤਾਂ ਜਿੱਤ ਗਏ ਨਹੀਂ ਜਦੋਂ ਤੁਸੀਂ ਛੱਡਿਆ ਸੀ ਨਹੀਂ ਉੱਥੇ ਅੱਜ ਤੱਕ ਇਹ ਹਿੱਸਾ ਵੀ ਨਹੀਂ ਲਿਆ ਆਪਣੀਆਂ ਲਓ ਜੀ ਬਹੁਤ ਵਧੀਆ ਜਿਹੜਾ ਕਿ ਅੱਜ ਬਾਈ ਜੀ ਸੋਨੀ ਬ੍ਰਹਮਪੁਰਾ ਜੋ ਕਿ ਪੰਜਾਬ ਦੇ ਜੀ ਪੰਜਾਬ ਦੇ ਆਪਾਂ ਇਹਨਾਂ ਨੂੰ ਕਿੰਗ ਕਹਿ ਸਕਦੇ ਹਾਂ ਬਿਲਕੁਲ ਮਤਲਬ ਕਿ ਇੱਕ ਅੰਮ੍ਰਿਤਧਾਰੀ ਬੰਦੇ ਆ ਇਹ ਹਾਂਜੀ ਕਦੇ ਵੀ ਜ਼ਿੰਦਗੀ 'ਚ ਇਹਨਾਂ ਨੇ ਝੂਠ ਨਹੀਂ ਬੋਲਿਆ ਅਤੇ ਮੈਨੂੰ ਲੱਗਦਾ ਵੀ ਕਦੇ ਵੀ ਇਹਨਾਂ ਦੇ ਪ੍ਰਤੀ ਜਾਂ ਇਹਨਾਂ ਦੇ ਮੂੰਹੋਂ ਕਿਸੇ ਦੇ ਪ੍ਰਤੀ ਕੋਈ ਗੱਲ ਵੀ ਤੁਸੀਂ ਅੱਜ ਤਿੱਕਰ ਨਹੀਂ ਸੁਣੀ ਅੱਜ ਇਹਨਾਂ ਨੇ ਜੋ ਸੁਝਾਅ ਆਪਾਂ ਨੂੰ ਦਿੱਤਾ ਜੋ ਤੁਸੀਂ ਵਾਰ ਵਾਰ ਮੈਨੂੰ ਕਮੈਂਟ ਕਰਦੇ ਸੀ ਕਿ ਬਾਈ ਜੀ ਜ਼ਰੂਰ ਇਹ ਮੁੱਦਾ ਉਠਾਇਆ ਕਰੋ ਸਵਾਲ ਕਰਿਆ ਕਰੋ ਅੱਜ ਆਪਾਂ ਸਭ ਤੋਂ ਪਹਿਲਾਂ ਬਾਈ ਜੀ ਨੂੰ ਹੀ ਕੀਤਾ ਸੀ ਉਹ ਇਹਨਾਂ ਦਾ ਜਿਹੜਾ ਜਵਾਬ ਸਾਨੂੰ ਵੀ ਬਹੁਤ ਵਧੀਆ ਲੱਗਿਆ ਕਿ ਇੱਕੋ ਬਾਜੀ ਨਹੀਂ ਹੁੰਦੀ ਇਹ ਖੁਦ ਬਾਜੀਆਂ ਕਰਵਾ ਰਹੇ ਆ ਜਿਸ ਵੀ ਮੇਰੇ ਵੀਰ ਨੇ ਲੁਧਿਆਣੇ 'ਚ ਖੁਸ਼ੀ ਆਈ ਆ ਅਗਲੇ ਗੜੇ ਬਠਿੰਡੇ 'ਚ ਆਊਗੀ ਅਗਲੇ ਗੜੇ ਇਹ ਤੁਹਾਡੇ ਮੁਕਤਸਰ ਜ਼ਿਲ੍ਹੇ 'ਚ ਆਊਗੀ ਅਸੀਂ ਵੀ ਚਾਹੁੰਦੇ ਹਾਂ ਸਾਡੇ ਚੈਨਲ ਦੇ ਜ਼ਰੀਏ ਚਾਹੁੰਦੇ ਹਾਂ ਕਿ ਯਾਰ 2 ਬਾਜੀਆਂ ਜ਼ਰੂਰ ਇਹੋ ਜਿਹੀਆਂ ਹਰ ਇੱਕ ਕਲੱਬ ਕਰਾਇਆ ਕਰੇ ਕਿ ਛੋਟੇ ਜਿਹੜੇ ਵੀਰ ਹੈ ਜਿਹੜੇ ਪੈਸੇ ਨਹੀਂ ਭਰ ਸਕਦੇ ਉਹ ਬਾਜੀਆਂ ਛੱਡ ਸਕਣ ਸੋ ਇਹਨਾਂ ਨੇ ਪਹਿਲ ਕਰਤੀ ਮੁਬਾਰਕਾਂ ਹਾਂਜੀ ਬਿਲਕੁਲ ਕਰਦੇ 6 ਬਾਜੀਆਂ ਕਰਾਵਾਂਗੇ ਬਹੁਤ ਵਧੀਆ ਨਾਲ ਬਾਜੀ ਦੇ ਨਾਲ ਇਹ ਨਹੀਂ
ਕਿ ਇਕੱਲੀ ਬਾਜੀ ਇੱਕ ਫਾਹਾ ਵੱਢਤਾ ਜੀ, ਚਲੋ ਇਹਨਾਂ ਨੇ ਇਹ ਨਹੀਂ ਮੋਟਰਸਾਈਕਲ ਨਾਮ ਵੀ 1700 ਐਂਟਰੀ 1700 ਐਂਟਰੀ ਅਤੇ ਤਾੜੀਆਂ ਜ਼ਰੂਰ ਮਾਰ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਆ ਜੀ, ਅੱਜ ਦੇ ਲਈ ਇੰਨਾ, ਦੁਬਾਰਾ ਫਿਰ ਮਿਲਾਂਗੇ ਜੀ ਆਪਾਂ ਕਦੇ ਨਾ ਕਦੇ ਕਿਤੇ ਨਵੇਂ ਖਿਡਾਰੀ ਵੀਰ ਦੇ ਘਰ। ਜਾਂਦੇ ਜਾਂਦੇ ਜਿਹੜਾ ਚੈਨਲ ਆ ਆਪਣਾ ਸਬਸਕ੍ਰਾਈਬ ਜ਼ਰੂਰ ਕਰ ਦਿਓ, ਤੁਸੀਂ ਵੀ ਦੋ ਸ਼ਬਦ ਕਹੋ ਜੀ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿੰਦੇ। ਚਲੋ ਜੀ, ਇਹਨਾਂ ਵੱਲੋਂ ਮੈਂ ਕਹਿੰਦਾ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ, ਬਸ ਤੁਸੀਂ ਕਲਿੱਕ ਕਰਨਾ ਹੈ ਰੈੱਡ ਬਟਨ 'ਤੇ। ਥੈਂਕ ਯੂ ਜੀ ਸਾਰਿਆਂ ਦਾ, ਸਤਿ ਸ਼੍ਰੀ ਅਕਾਲ। ਬਾਕੀ ਮੈਂ ਸਾਰਿਆਂ ਦਾ ਫਿਰ ਦੁਬਾਰਾ ਤੋਂ ਸ਼ੁਕਰ ਗੁਜ਼ਾਰ ਹਾਂ ਵੀ ਐਡੀਆਂ ਐਡੀਆਂ ਹਸਤੀਆਂ ਆਪਣੇ ਕੋਲ ਅੱਜ ਆਪਣੇ ਕੋਲ ਆਈਆਂ ਨੇ, ਚਾਹੇ ਐਂਟਰੀਆਂ ਕਰਾਉਣ ਚਾਹੇ ਮਿਲਣ। ਇਹਨਾਂ ਨਾਲ ਤਾਂ ਮੇਰਾ ਵੈਸੇ ਵੀ ਪਿਆਰ ਬਹੁਤ ਜ਼ਿਆਦਾ ਆ, ਇਕੱਲੇ ਕਬੂਤਰਬਾਜ਼ੀ ਤੋਂ ਰਿਲੇਟਡ ਨਹੀਂ ਹੈਗਾ, ਵੈਸੇ ਵੀ ਇਹਨਾਂ ਨਾਲ ਆਪਣਾ ਪਿਆਰ ਹੈ। ਔਰ ਇਹ ਬਾਈ ਜੀ ਦੀ ਗੱਲ ਕਰਦੇ ਹਾਂ, ਕਈ ਵਾਰੀ ਨਾ ਕਿਸੇ ਦਾ ਕਬੂਤਰ ਸ਼ਾਇਦ ਬਹਿ ਗਿਆ, ਸ਼ਾਇਦ ਨਹੀਂ ਬੈਠਾ, ਅਤੇ ਜੇ ਇਹਨਾਂ ਦੇ ਮੂੰਹ 'ਚ ਲੱਗਿਆ ਸ਼ਾਇਦ ਬਹਿ ਗਿਆ, ਉਹ ਆਦਮੀ ਇਹਨਾਂ ਨਾਲ ਬਹਿਸ ਵੀ ਨਹੀਂ ਕਰਨਾ ਹੁੰਦਾ, ਵਿਸ਼ ਬਈ ਜੇ ਇਹ ਬੰਦਾ ਬੋਲ ਰਿਹਾ ਤਾਂ ਸੱਚ ਹੀ ਬੋਲ ਰਿਹਾ ਹੋਣਾ, ਕਿਉਂਕਿ ਇਹ ਬੰਦਾ ਝੂਠ ਨਹੀਂ ਬੋਲਦਾ। ਅਤੇ ਦੂਸਰੀ ਆਪਾਂ ਇਹਨਾਂ ਦੇ ਚੈਨਲ ਦੀ ਗੱਲ ਕਰ ਰਹੇ ਸੀ ਕਿ ਮੈਂ ਸਾਰਿਆਂ ਨੂੰ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਜੀ ਦਾ ਜਿਹੜਾ ਚੈਨਲ ਹੈਗਾ ਹੇਅਰ ਰਿਕਾਰਡਸ, ਉਹਨੂੰ ਤੁਸੀਂ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਕਿਉਂਕਿ ਇਹਨਾਂ ਦੀ ਵੀਡੀਓ 'ਚ ਬਹੁਤ ਜ਼ਿਆਦਾ ਕੁਆਲਿਟੀ ਹੁੰਦੀ ਹੈ, ਹਰ ਇੱਕ ਚੀਜ਼ ਦੀ ਕੁਆਲਿਟੀ ਹੁੰਦੀ ਹੈ, ਹਰ ਇੱਕ ਛੋਟੀਆਂ ਛੋਟੀਆਂ ਚੀਜ਼ਾਂ ਇਹਨਾਂ ਨੇ ਸਾਰੀਆਂ ਕੈਪਚਰ ਕੀਤੀਆਂ ਹੁੰਦੀਆਂ ਨੇ, ਬਹੁਤ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰਦੇ ਨੇ, ਤਾਂ ਕਰਕੇ ਰੀਸੈਂਟਲੀ ਇਹਨਾਂ ਦਾ ਪੇਜ ਹੈਕ ਹੋ ਗਿਆ ਜੀ। ਔਰ ਮੈਂ ਇਹਨਾਂ ਨਾਲ ਪ੍ਰੋਮਿਸ ਕੀਤੀ ਹੈ ਜੀ ਵੀ ਜਿੰਨੇ ਵੀ ਇੱਥੇ ਮੰਡੀਰ ਆਈ ਹੈ, ਜਿੰਨੇ ਵੀ ਆਪਣੇ ਲੋਨ ਨੇ, ਸਾਰੇ ਤੁਹਾਡੇ ਨਾਲ ਵਿਦਇਨ 24 ਆਵਰ ਤੁਹਾਡੇ ਨਾਲ ਜੁੜਨਗੇ। ਔਰ ਬਾਕੀ ਇਹਨਾਂ ਨੂੰ ਅਸੀਂ 24 ਘੰਟੇ ਬਾਅਦ ਜ਼ਰੂਰ ਪੁੱਛਾਂਗੇ ਕਿ ਭਾਅ ਜੀ ਕਿੰਨੇ ਬੰਦੇ ਤੁਹਾਡੇ ਦੁਬਾਰਾ ਐਡ ਹੋ ਗਏ ਨੇ, ਅਤੇ ਇਹਨਾਂ ਨੂੰ ਦੁੱਗਣਾ ਤਿੱਗਣਾ ਪਿਆਰ ਮਿਲੇ ਜੀ, ਜਿੰਨਾ ਪਹਿਲਾਂ ਮਿਲਿਆ ਸੀ ਉਸ ਤੋਂ 4 ਗੁਣਾ ਪਿਆਰ ਮਿਲੇ ਜੀ, ਤਾਂ ਕਿ ਇਹਨਾਂ ਨੂੰ ਲੱਗੇ ਕਿ ਨਹੀਂ ਜਿਹੜਾ ਬੰਦਾ ਸਹੀ ਹੈ ਨਾ ਜੀ, ਉਹਨੂੰ ਹੋਰ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਜੀ, ਉਹਦੇ ਨਾਲ ਆਪੇ ਹੀ ਦੁਨੀਆ ਜੁੜ ਜਾਂਦੀ ਹੈ। ਅਤੇ ਬਾਕੀ ਮੈਂ ਫਿਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗਲਤੀ ਹੋ ਗਈ ਹੱਥ ਜੋੜ ਕੇ ਮਾਫ਼ੀ ਮੰਗਦਾ ਜੀ, ਜੇ ਕਿਸੇ ਵੀ ਬੰਦੇ ਨੂੰ ਮੇਰੀ ਕੋਈ ਵੀ ਗੱਲ ਜਾਂ ਮੇਰੇ ਵੀਰ ਜਾਂ ਭਾਅ ਜੀ ਦੀ ਕੋਈ ਵੀ ਗੱਲ ਬੁਰੀ ਲੱਗੀ, ਮੇਰੀ ਹੱਥ ਜੋੜ ਕੇ ਸੋਰੀ ਹੈ ਜੀ। ਬਾਕੀ ਆਪਣਾ ਸ਼ੌਂਕ ਹੈ ਜੀ, ਆਪਣਾ ਕਰਦੇ ਰਹਾਂਗੇ, ਜਿੱਤ ਕਰਾਈ ਹੈਗੀ। ਠੀਕ ਹੈ ਜੀ, ਆਲ ਦਾ ਬੈਸਟ।